ਕੀ ਤੁਸੀਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋ ਜਾਂ ਫਿਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਨਿਊਯਾਰਕ ਪੁਲਿਸ ਡਿਪਾਰਟਮੈਂਟ ਰਿਕਰੂਟਮੈਂਟ ਕਿਵੇਂ ਕਰਦਾ ਹੈ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੀ ਕ੍ਰਾਈਟੇਰੀਆ ਹੈਗਾ ਔਰ ਜਦ ਗੱਲ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਾਡੇ ਸਾਊਥ ਏਸ਼ੀਅਨਸ ਦੀ ਹੁੰਦੀ ਹੈ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਰਿਪਰੈਜ਼ੈਂਟ ਕਰਨਾ ਹੈ ਜਾਂ ਕਰੋਨਾ ਇੱਕ ਅਹਿਮ ਜ਼ਿੰਮੇਵਾਰੀ ਹੁੰਦੀ ਐ ਸਿ ਸੜਕਾਂ ਤੇ ਜਾਉਨੇ ਆ ਭਾਵੇਂ ਅਸੀਂ ਸਿਟੀ ਹੋਈਏ ਭਾਵੇਂ ਅਸੀਂ ਬਰਕਲਿਨ ਹੋਈਏ ਬ੍ਰੌਂਕਸ ਹੋਈਏ ਸਟੇਟਡ ਆਇਲੈਂਡ ਵੀਏ ਭਾਵੇਂ ਅਸੀਂ ਕੁਇਨਸ ਦੇ ਵਿੱਚ ਹੋਈਏ ਸਾਊਥ ਏਸ਼ੀਅਨ ਪੁਲਿਸ ਆਫੀਸਰਸ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਕਈ ਸਾਰੇ ਚੈਲੰਜਸ ਜਿਹੜੇ ਆ ਉਹ ਪਿਛਲੇ ਸਮੇਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ ਪਰ ਉਹਨਾਂ ਚੈਲੰਜਸ ਦੇ ਉੱਤੇ ਕੰਮ ਕਿਵੇਂ ਕੀਤਾ ਗਿਆ ਕੰਮ ਕਿਨੇ ਕੀਤਾ ਔਰ ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਐ ਵੈਨ ਇਟ ਕਮਸ ਟੂ ਦਸਤਾਰ ਐਂਡ ਵੈਨ ਇਟ ਕਮਸ ਟੂ ਬੀਅਰਡ ਤੇ ਹੋਰ ਕਈ ਸਾਰੇ ਜਿਹੜੀ ਰਿਲੀਜੀਅਸ ਐਕਟੀਵਿਟੀਆਂ ਦੇ ਚੈਲੰਜਸ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਆਏ ਔਰ ਉਹਨਾਂ ਜੋਤੇ ਕੰਮ ਕਿਵੇਂ ਕੀਤਾ ਗਿਆ ਜਾਂ ਫਿਰ ਨਿਊਯਾਰਕ ਪੁਲਿਸ ਡਿਪਾਰਟਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਕੰਮ ਹੋਰ ਕਰੇਗਾ ਰਿਕਰੂਟਮੈਂਟ ਕਿਵੇਂ ਕਰੇਗਾ ਇਹ ਜੇ ਵੱਡੇ ਸਵਾਲ ਬਣਦੇ ਹਨ ਜਸਟ ਲਾਈਵ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵੀ ਲਵਾਂਗੇ ਔਰ ਤੁਹਾਨੂੰ ਕਈ ਸਾਰੀ ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਾਵਾਂਗੇ ਕਿਉਂਕਿ ਮੇਰੇ ਨਾਲ ਮੌਜੂਦ ਨੇ ਕੈਪਟਨ ਰਾਣਾ ਔਰ ਸਰਜੈਂਟ ਗੁਰਵਿੰਦਰ ਸਿੰਘ ਜਿਨ੍ਹਾਂ ਨਾਲ ਅਸੀਂ ਇਸ ਪ੍ਰੋਗਰਾਮ ਦੇ ਤਹਿਤ I welcome Captain Rana and Sergeant Gurvinder Singh with me in this special episode of Recruitment Process with New York Police Department and the challenges for New York Police Department and as in South Asian, how we can acknowledge and represent ourselves in Police Officers Association. I welcome Sergeant Gurvinder Singh, I welcome Captain Rana with us. I'll start with Captain uh, Rana and uh, would love to know. uh why we are here today ji assi is vase aaye taake saade aur bande police department nu join karan taake apni community nu represent karan taake apni community nu han ke kis tarah assi bhi american te assi bhi apni city nu apni country nu serve karne te proudly serve karne taake apni saadi ek te lokan nu jehde saade neighbor ohna nu pata lage te dooja saadi family proud hoye te assi bhi proud career bade hunde ne लेकिन एक्सपीरियंस ना ही कह इज़ वन ऑफ द बेस्ट करियर दैट यू कैन हैव ऑफिसर गुरिंदर सिंह की ऐड करना चाहोगे एंड एज एन रीप्रजेंटेशन फ्रॉम दिस कम्यूनिटी तू लगता की, लग की चैलेंजेस आए और उन्होंने चैलेंजसू कि ओवरकम किया गया एंड रुक रिक्रूटमेंट प्रोसैस के तौर पर जी साड़ी नौजवान इस टाइम वेख रहे हैं इस प्रोग्राम सा हाउ यू विल इनकरेज दैम टू जॉइन न्यूयॉर्क पुलिस डिपार्टमेंट ਪਹਿਲਾਂ ਤਾਂ ਵਾਇਗੂ ਜੀ ਦਾ ਖਾਸਾ ਵਾਇਗੂ ਜੀ ਦੀ ਫਤਿਹ ਤੇ ਪਹਿਲਾਂ ਤਾਂ ਅਸੀਂ ਜਸ ਪੰਜਾਬੀ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਆਪਰਟਿਨਿਟੀ ਦਿੱਤੀ ਕਿ ਆਪਣੇ ਜੋ ਆਪਣੀ profession ਨੂੰ ਤੁਹਾਡੇ ਸਾਹਮਣੇ ਮੌਰੀ ਲਈ ਆਈਏ ਸੋ ਐਮਪੀਡੀ ਮੈਨੂੰ ਹੁਣ 11 ਸਾਲ ਕੰਮ ਕਰਦਿਆਂ ਹੋ ਗਿਆ ਸੋ ਪਲੀਜ਼ ਆਫਟਰ ਪਹਿਲਾਂ ਮੈਂ ਪਲੀਫ ਕੈਡਟ ਹੁੰਦਾ ਹੀ ਉਹ ਸ਼ੁਰੂ ਕੀਤਾ ਤੇ ਹੁਣ ਸਾਜ ਰੈਂਕ ਤੇ ਆ ਗਏ ਹਾਂ ਸੋ ਜੋ ਜਿਹੜਾ profession ਹੈ ਆ ਵਨ ਆਫ ਦਾ ਮੋਸਟ ਰਿਸਪੈਕਟਫੁਲ ਪਰ ਚੈਲੰਜਸ ਨੇ ਜਿੰਮੇ ਕੇ ਸਾਡ profession ਵਿਚ ਨੇ ਸੋ ਪਹਿਲਾ ਬਹੁਤ ਰਿਵਾਰਡਿੰਗ ਕਰੀਅਰ ਆ ਕਿਉਂਕਿ ਤੁਸੀਂ ਆਪਣਾ ਕਰੀਅਰ ਖੁਦ ਬਣਾਉਨੇ ਆ ਜਿੱਦਾਂ ਮਰਜੀ ਰੈਂਕਸ ਤੋਂ ਤੁਸੀਂ ਅੱਗੇ ਜਾ ਸਕਦੇ ਆ ਤੇ ਯੂਥ ਰੂ ਇਹੀ ਆ ਕਿ ਕਿਸੇ ਵੀ ਤਰ੍ਹਾਂ ਆਪਣੇ ਕਲਚਰ ਨੂੰ ਆਪਣੇ ਰਿਲੀਜੀਅਨ ਨੂੰ ਆ ਰਿਪਰੈਜ਼ੈਂਟ ਕਰੋ ਹਨਾ ਕਿਉਂਕਿ ਜਦੋਂ ਤੁਹਾਨੂੰ ਦੂਸਰੀਆਂ ਕਮਿਊਨਿਟੀਜ਼ ਦੇਖਦੀਆਂ ਨੇ ਆਜ ਪਮ ਜਸਤਾਰਸ ਜਾ ਕੇ ਦਾੜੀ ਰੱਖ ਕੇ ਉਹ ਵੀ ਚਾਹੁੰਦੇ ਆ ਵੀ ਤੁਹਾਨੂੰ ਪਤਾ ਲੱਗੇ ਕਿਹੜਾ ਰਿਲੀਜੀਅਨ ਹੈ ਕਿਹਨੀਆਂ ਨੂੰ ਪਤਾ ਨਹੀਂ ਹੁੰਦਾ ਕਿ ਯਰ ਡਿਫਰੈਂਸ ਕੀ ਹੈ ਡਿਫਰੈਂਟ ਰਿਲੀਜੀਅਨਸ ਦਾ ਸੋ ਜਦੋਂ ਦੀ ਦਸਤਾਰ ਬਣ ਕੇ ਜਾਏ ਦੀਪਰੇਟਾਂ ਤੇ ਜਾਂਦੇ ਆ ਜਦ ਤੱਕ ਜੌਬ ਤੇ ਕਿਸੇ ਰਿਸਪੌਂਡ ਕਰਦੇ ਆ ਸੋ ਉਹਨਾਂ ਨੂੰ ਪਤਾ ਲੱਗਦਾ ਕਿ ਆਪ ਡਿਫਰੈਂਟ ਕਮਿਊਨਿਟੀਜ਼ ਐਨਵਾਈਪੀਡੀ ਵਿੱਚ ਸਰਵ ਕਰ ਸਕਦੀਆਂ ਤੇ ਆ 2016 ਤੋਂ ਪਹਿਲਾਂ ਔਖਾ ਸੀ ਕਿ ਆਪਾਂ ਦਸਤਾਰਸ ਜਾ ਕੇ ਆ ਐਨਵਾਈਪੀਡੀ ਜੁਆਇਨ ਕਰ ਸਕੀਏ ਦਾੜੀ ਰੱਖ ਕੇ ਐਨਵਾਈਪੀਡੀ ਜੁਆਇਨ ਕਰ ਸਕੀਏ ਉਸ ਟਾਈਮ ਕੈਪੂਰਾਨਾ ਦੀ ਮਜ਼ਲਮ ਆਫਸਰ ਸੁਸਾਇਟੀ ਨੇ ਤਾਂ ਸਾਡੀ ਸਿੱਖ ਆਫਸਰ ਐਸੋਸੀਏਸ਼ਨ ਹੈ ਆ ਉਦੋਂ ਐਨਵਾਈਪੀਡੀ ਨਾਲ ਗੱਲ ਕਰਕੇ ਤੇ ਆ ਉਹ ਪਹਿਲਾ ਲੋਸਟ ਵੀ ਹੋਈ ਸੀ ਤੇ ਉਹਨੇ ਸਾਨੂੰ ਜਸਤਾਰ ਸਜਾਉਣ ਦਾ ਮੌਕਾ ਦਿੱਤਾ ਤੇ ਆਪਣੇ ਤੇ ਹੁਣ ਤੁਸੀਂ ਦੇਖੋਗੇ ਕਿ ਡਿਫਰੈਂਟ ਥੀਸ ਇਨ ਵਿਚ ਪਵਾਂ ਬਰੋਕਲਿਨ ਕੁਇਨਸ ਜਾਂ ਬ੍ਰੌਂਸ ਆ ਤੇ ਆਪਣੇ ਸਿੱਖ ਭਾਈਚਾਰੇ ਦੇ ਸਾਰੇ ਤਸਤਾਰ ਸੇ ਆ ਕੇ ਦਾੜ੍ਹੀ ਰੱਖ ਕੇ ਕੰਮ ਕਰਦੇ ਆ ਆਫ ਕੌਰਸ ਐਂਡ ਕਈ ਸਾਰੇ ਚੈਲੰਜਸ ਕੈਪਟਨ ਨਾਨਾ ਤੁਹਾਡੀ ਐਸੋਸੀਏਸ਼ਨਸ ਨੂੰ ਵੀ ਆਏ ਹੋਣੇ ਹਨ ਵੈਨ ਵੀ ਟਾਕ ਅਬਾਊਟ ਸਾਊਥ ਏਸ਼ੀਅਨਸ ਬਿਕਾਉਜ਼ ਇਟਸ ਅ ਯੂ ਨੋ ਬਿਗ ਕਮਿਊਨਿਟੀ ਅ ਐਸ ਇਨ ਸਾਊਥ ਏਸ਼ੀਅਨ ਰਿਪਰੈਜ਼ੈਂਟੇਸ਼ਨ ਇਨ ਨਿਊਯਾਰਕ ਪੁਲਿਸ ਡਿਪਾਰਟਮੈਂਟ ਵਾਟ ਆਰ ਦ ਚੈਲੰਜਸ ਜਿਹਨਾਂ ਤੁਸੀਂ ਓਵਰਕਮ ਹੋਏ ਮੁਸਲਿਮਸ ਆਫਿਸਰਸ ਐਸੋਸੀਏਸ਼ਨ ਨੂੰ ਦੇਖਣੇ ਪਏ first of all, aikamanga jistra, main issue was uh, there are some people that are religious. they really believe in uh, the religion, just like uh, the, the sikh religion. you need to have the, uh, the, the beard. Um, and you know, there are other certain requirements that you have. same thing with the muslim uh, religion. Uh, you have the, for the female, it's the hijab or the, the beard. Right. Um, there was uh, you know, some hesitation. Uh, of course, uh, you know one of the members uh, uh, took it a little bit further and was able to get it approved for everyone. So that challenges that people have, you know, because everyone wants to join this great career and be the, serving in their community, but they had that little hesitation about um, if I can do it while wearing the uh, uh, you know the turban or while I can have the beard. Um, but now with that said those challenges are gone. Those challenges that's why it's very important to have these organizations like Govinders out there being a role model, like other individuals are out there being a role model because now the challenges that we're gonna face, we are facing those challenges so this way our next generations don't get to face those right. challenges. ਐਂਡ ਜਦੋਂ ਅਸੀਂ ਰਿਕਰੂਟਮੈਂਟ ਦੀ ਗੱਲ ਕਰਦੇ ਆ ਆਫੀਸਰ ਗੁਰਵਿੰਦਰ ਸੋ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰ ਸਕਦੇ ਆ ਕਿਹੜੇ ਐਗਜ਼ਾਮ ਦੇਣੇ ਪੈਂਦੇ ਨੇ ਔਰ ਕਿਵੇਂ ਰਿਕਰੂਟਮੈਂਟ ਦਾ ਜਿਹੜਾ ਪ੍ਰੋਸੈਸ ਹੈ ਉਹ ਚੱਲਦਾ ਹੈ ਮੈਂ ਦਰਸ਼ਕਾਂ ਨੂੰ ਵੀ ਇਹ ਹੀ ਅਪੀਲ ਕਰਾਂਗਾ ਜੇਕਰ ਤੁਹਾਡੇ ਘਰ ਦੇ ਵਿੱਚ ਨਿਆਣੇ ਹਨ ਉਹਨਾਂ ਨੂੰ ਟੀਵੀ ਸੈੱਟ ਦੇ ਅੱਗੇ ਲਿਆਓ ਔਰ ਆਫੀਸਰ ਗੁਰਿੰਦਰ ਤੇ ਕੈਪਟਨ ਰਾਣਾ ਜਰੂਰ ਸਾਨੂੰ ਇੱਥੇ ਦੱਸਣਗੇ ਸਰਜਨ ਗੁਰਿੰਦਰ ਦਾ ਲੰਬਾ ਤਜਰਬਾ ਹੈਗਾ ਇਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹ ਆਪਣੇ ਐਕਸਪੀਰੀਐਂਸ ਜਿਹੜੇ ਨੇ ਸਾਡੇ ਨਾਲ ਸ਼ੇਅਰ ਕਰਨਗੇ ਔਰ ਜੇਕਰ ਤੁਸੀਂ ਵੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਆਪਣੀ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ 사ਰਜਨ ਗੁਰਿੰਦਰ ਸਿੰਘ ਤੋਂ ਗਾਈਡੈਂਸ ਲੈ ਸਕਦੇ ਹੋ ਹਾਂਜੀ ਤੇ ਰਿਕਰੂਟਮੈਂਟ ਤੇ ਜਿੱਥੇ ਕਿਹਾ ਜਾਵੇ ਨਾ ਤੁਸੀਂ ਅਗਰ ਬੱਚੇ ਵੀ ਆ ਤੁਹਾਡੇ ਹਨਾ ਆਈ ਥਿੰਕ ਏਜ 10th ਤੋਂ ਲੈ ਕੇ ਤੁਸੀਂ ਕਿਸੇ ਦੀ ਤਰ੍ਹਾਂ ਦਾ ਵੋਲੰਟੀਅਰ ਐਨਵਾਈਪੀਡੀ ਵਿੱਚ ਕਰ ਸਕਦੇ ਹਾਂ ਨਾ ਤੇ ਭਾਵੇਂ ਉਹ ਐਕਸਿਲਰੀਆ ਤਾਂ ਮੇ ਉਹ ਆਪਣੇ ਐਕਸਪਲੋਰਰਸ ਯਾ ਕੋਈ ਯੂਥ ਕਾਉਂਸਲ ਯਾ ਕਿਉਂਕਿ ਬੱਚੇ ਨੂੰ ਆਪ ਸਹੀ ਡਾਇਰੈਕਸ਼ਨ ਤੇ ਲੈ ਕੇ ਆਉਣਾ ਨਾ ਸੋ ਐਨਵਾਈਪੀਡੀ ਬਹੁਤ ਇਨਵੈਸਟ ਕਰਦਾ ਟਾਈਮ ਐਂਡ ਮਨੀ ਕਿ ਆਪਣੇ ਯੂਥ ਨੂੰ ਕੋਈ ਐਕਟੀਵਿਟੀਜ਼ ਕਰਨੀਆਂ ਹੋਣ ਹਨਾ ਤੇ ਉਸ ਤੋਂ ਬਾਅਦ ਜਿਵੇਂ ਕਿ ਮੈਂ ਸ਼ੁਰੂ ਕੀਤਾ ਇਹ ਆਪਣਾ ਕਰੀਅਰ ਮੈਂ ਉਦੋਂ ਕਾਲਜ ਵਿੱਚ ਪੜਦਾ ਸੀ ਕਾਲਜ ਦੇ ਵਿੱਚ ਇੱਕ ਇੰਟਰਨਸ਼ਿਪ ਯਾ ਜੋ ਕਿ ਐਨਵਾਈਪੀਡੀ ਕੰਦਦਾ ਉਹਨੂੰ ਪੁਲਿਸ ਕੈਡਟ ਕੋਰ ਕਹਿੰਦੇ ਆ ਤੇ ਉਸ ਤੋਂ ਬਾਅਦ ਮੈਂ ਜਦੋਂ ਆਪਣੀ ਆਲਮੋਸਟ ਗ੍ਰੈਜੂਏਟ ਹੋਣ ਵਾਲਾ ਸੀ ਮੈਂ ਵਾਈਪੀਡੀ ਦਾ ਟੈਸਟ ਦਿੱਤਾ ਤੇ ਉਸ ਤੋਂ ਬਾਅਦ 2010 ਵਿੱਚ ਮੇਰੀ ਵਾਰੀ ਆਈ ਸੀ ਤੇ ਮੈਂ ਉਸ ਵੇਲੇ ਐਨਵਾਈਪੀਡੀ ਜੁਆਇਨ ਕੀਤਾ ਸੀ ਪਰ ਉਸ ਟਾਈਮ ਸਾਨੂੰ ਪਾਟਕਾ ਬਨ ਕੇ ਉੱਪਰ ਟੋਪੀ ਲੈਣੀ ਪੈਂਦੀ ਸੀ ਤੇ ਲੇਕਿਨ ਹੁਣ ਜੋ ਹੈ ਥੋੜਾ ਪ੍ਰੋਸੈਸ ਥੋੜਾ ਈਜ਼ੀ ਹੈ ਤੁਸੀਂ ਕਿਸੇ ਤਰ੍ਹਾਂ ਵੀ ਦਸਤਾਰਸ ਜਾ ਕੇ ਆ ਸਕਦੇ ਆ ਤੇ ਪਮਾਤ ਤੁਸੀਂ ਜੋ ਵਾਲੰਟੀਅਰ ਕਰਨਾ ਹੈ ਤੁਸੀਂ ਐਗਜ਼ਲਰੀ ਬਣ ਸਕਦੇ ਆ ਤੁਸੀਂ ਕਿਸੇ ਵੀ ਆਪਣੇ ਲੋਕਲ ਪ੍ਰੀਸੈਂਟ ਵਿੱਚ ਜਾ ਕੇ ਤੁਸੀਂ ਆਪਣੇ ਐਗਜ਼ਲਰੀ ਆਫਸਰ ਬਣ ਸਕਦੇ ਹੋ ਤੁਸੀਂ ਆਪਣਾ ਟਾਈਮ ਖੁਦ ਵਾਲੰਟੀਅਰ ਕਰਦੇ ਆ ਕਿਦਾਂ ਡਿਸਾਈਡ ਕਰਦੇ ਆ ਕਿਹੜੇ ਟਾਈਮ ਤੇ ਕਾਰਨਾ ਕਿਹਦੇ ਹੁੰਦੇ ਨੇ ਤੇ ਜਦੋਂ ਅਸੀਂ ਮੇਨ ਫੋਕਸ ਸਾਡਾ ਇਹ ਹੈ ਜਿਕੇ ਜੋ ਨੈਕਸਟ ਐਨਵਾਈਪੀਡੀ ਐਗਜ਼ਾਮ ਆ ਰਿਹਾ ਹੈ ਜੂਨ ਵਿੱਚ ਹਨਾ ਤੇ ਲੇਕਿਨ ਉਸ ਦਾ ਜੋ ਕਟਆਫ ਟਾਈਮ ਆ ਉਹ ਮੇ 4 ਹੈ ਕਿਉਂਕਿ ਕੋਈ ਵੀ NYPD ਪਮੇ ਪ੍ਰੋਮੋਸ਼ਨ ਹੈ ਪਮੇ ਤੁਹਾਡੀ ਐਂਟਰੀ ਲੈਵਲ ਆ ਤੁਹਾਨੂੰ ਟੈਸਟ ਜ਼ਰੂਰ ਦੇਣਾ ਪੈਤਾ ਤੇ ਮੇ 4 ਨੋ ਉਹਦਾ ਕੱਟਆਫ ਹੈ ਤੇ ਰਜਿਸਟ੍ਰੇਸ਼ਨ ਆਨ ਫ੍ਰੀ ਆ ਸੋ ਤੁਸੀਂ NYPD recruit.com ਤੇ ਜਾ ਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਆ ਲੇਕਿਨ ਆਪਣਾ ਫੋਕਸ ਇਹ ਪਮਾ ਤੁਸੀਂ ਤੁਹਾਡੀ ਜਿਹੜੀ ਮਰਜ਼ੀ ਏਜ ਆਪ 235 ਰਾਈਟ ਤੇ ਤੁਹਾਨੂੰ ਜਿਹੜੀ ਐਂਟਰੀ ਉਸ 17 ਐਂਡ ਹਾਫ ਤੱਕ ਤੁਹਾਡਾ ਟੈਸਟ ਦੇ ਸਕਦੇ ਆ ਲੇਕਿਨ ਜੋ ਹਾਇਰਿੰਗ ਆ ਤੁਹਾਨੂੰ 21 ਸਾਲ ਤੋਂ ਬਾਅਦ ਹੋਗੀ so 17 and a half if you are right now you can take the test so sada hi focus hai ki apna youth baad to baad par matusi career baad ch nahi choose kar sakte lekin agar test doge te tusi leader ho na tora mind change ho gaya tusi oh kar sakte ho bilkul tusi koi sawal bhi puchna chahnde ho tv screen de utte number assi flash kar rahe hain 718786 5221 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਰਜੰਟ ਗੁਰਵਿੰਦਰ ਸਿੰਘ ਹੋ ਰਹਾ ਤਾਂ ਕੈਪਟਨ ਰਾਣਾ ਹੋ ਰਹਾ ਤਾਂ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ ਔਰ ਜੇਕਰ ਤੁਹਾਨੂੰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਟੈਕਸਟ ਵੀ ਲਗਾਤਾਰ ਆ ਰਹੇ ਨੇ ਹਾਊ ਦੇ ਕੈਨ ਗੇਟ ਕਨੈਕਟ ਵਿਦ ਯੂ ਹਾਂਜੀ ਸੋ ਆ ਅਸਾ ਮੈਂ ਉਸ ਤੋਂ ਅਸੀਂ ਮੈਂ ਸਿੱਖ ਆਫਸਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਆ ਤੁਸੀਂ ਸਾਨੂੰ ਫੇਸਬੁੱਕ ਤੇ ਸਿੱਖ ਆਫਸਰ ਐਸੋਸੀਏਸ਼ਨ ਜਾਂ ਟਵਿੱਟਰ ਤੇ ਸਿੱਖ ਆਫਸਿਸ ਇੰਸਟਾਗ੍ਰਾਮ ਤੇ ਵੀ ਸਿੱਖ ਆਫ ਸਿੱਖ ਆਫਸਰਸ ਤੇ ਕਾਲ ਸਕਦੇ ਹੋ ਤੇ ਸਾਡੀ ਈਮੇਲ ਸਿੱਖ ਆਫਸਰਸ@gmail.com ਤੇ ਆ ਪਰ ਫੇਸਬੁੱਕ ਸਭ ਤੋਂ ਈਜ਼ੀ ਹੈ ਤੇ ਵੈਸੇ ਵੀ ਅਗਰ ਤੁਸੀਂ ਕਿਸੇ ਵੀ ਕੋਰਤਵਾਰੇ ਕਿਸੇ ਨਾਲ ਕੰਟੈਕਟ ਕਰੋਗੇ ਕੋਈ ਨਾ ਕੋਈ ਸਾਨੂੰ ਜਾਣਦਾ ਹੀ ਆ ਜਿਹੜਾ ਕਿ ਕਿਉਂਕਿ ਜਦੋਂ ਅਸੀਂ ਅਪਰੂਵ ਕਰਾਈ ਸੀ ਉਸ ਸਾਰਿਆਂ ਦੀ ਹੈਲਪ ਚਾਹੀਦੀ ਸੀ ਉਹਨਾਂ ਨੇ ਸਾਰਿਆਂ ਨੇ ਹੈਲਪ ਵੀ ਕੀਤੀ ਸੀ ਸੋ ਵਰ ਵੈਰੀ ਐਕਸੈਸਿਬਲ ਸਾਡੇ ਕੋ ਅਗਰ ਮੇ ਕੋ ਨਹੀਂ ਕੋਈ ਹੋਊਗਾ ਆਨਸਰ ਮੈਂ ਕੈਪਟਨ ਰਾਣਾ ਨੂੰ ਬਹੁਤ ਵਾਰ ਕਾਲ ਕੀਤੀ ਹੈ ਤੇ ਅਸੀਂ ਇਹ ਵੀ ਆਨਸਰ ਕੱਢੂਗੇ ਸੋ ਇਹੀ ਫੋਕਸ ਹੈ ਕਿ ਆਪਾਂ ਬਾਤ ਤੋਂ ਬਾਦ ਕਿਸੇ ਤਰ੍ਹਾਂ ਆਪਣੇ ਪਾਈਚਾਰੇ ਨਾਲ ਜੁੜੀਏ ਤੇ ਆਪਾਂ ਐਨਵਾਈਪੀਡੀ ਵਿੱਚ ਯੂ ਨੋ ਜੁਆਇਨ ਕਰੀਏ ਪਰ ਮੈਂ ਐਨਵਾਈਪੀਡੀ ਲੇਕਿਨ ਅਦਰ ਲਾਅ ਐਨਫੋਰਸਮੈਂਟ ਏਜੰਸੀਆਂ ਵੀ ਹੈਗੀਆਂ ਪਰ ਇਸ ਟਾਈਮ ਜੋ ਐਗਜ਼ਾਮ ਆ ਉਹ ਐਨਵਾਈਪੀਡੀ ਦਾ ਖੁੱਲਿਆ ਹੈ ਸੋ ਆ ਮੇਰੀ ਇਹ ਹੀ ਬੇਨਤੀ ਆ ਆਈ ਨੋ ਪੇਰੈਂਟਸ ਆਪਣੇ ਕਈ ਵੇਲੇ ਪੰਜਾਬੀ ਜਿਹੜੇ ਹੁੰਦੇ ਆ ਆਪਣੇ ਦੇਸੀ ਕਲਾਸ ਦਿਸ ਇਜ਼ ਦੀ ਈਮੇਲ ਆਈਡਿਸਿਕ ਆਫਿਸਰਸ@gmail.com ਹਾਂ ਜੀ ਇਹ ਆਪਣੀ ਈਮੇਲ ਤੁਸੀਂ ਸਾਨੂੰ ਈਮੇਲ ਕਰਦੇ ਵੀ ਕਰ ਸਕਦੇ ਆ ਤੇ ਸਾਡੇ ਫੇਸਬੁੱਕ ਤੇ ਜਾ ਕੇ ਵੀ ਸਿੱਖ ਆਫਿਸਰਸ ਐਸੋਸੀਏਸ਼ਨ ਤੇ ਕਰ ਸਕਦੇ ਆ ਤੇ ਅਗਰ ਤੁਹਾਨੂੰ ਹੋਰ ਇਨਫੋਰਮੇਸ਼ਨ ਐਗਜ਼ਾਮ ਬਾਰੇ ਚਾਹੀਦੀ ਆ nypdrecruit.com ਆ ਤੁਸੀਂ ਉੱਥੇ ਜਾ ਕੇ ਤੇ ਕੋਈ ਵੀ ਤੁਹਾਨੂੰ ਏਜ ਲਿਮਟ ਕੋਈ ਵੀ ਤੁਹਾਡੇ ਕੁਐਸਚਨ ਆ ਤੁਸੀਂ ਕਰ ਸਕਦੇ ਆ ਬਾਕੀ ਅਸੀਂ ਇੱਥੇ ਤੁਹਾਡੇ ਨਾਲ ਹੈਗੇ ਆ ਇਸ ਟਾਈਮ ओके सो ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਜਿਹੜੇ ਕਾਲਰਸ ਸਾਨੂੰ ਕਾਲ ਕਰ ਰਹੇ ਨੇ ਉਹ ਆਪਣਾ ਸਵਾਲ ਵੀ ਜਿਹੜੇ ਨੇ ਪੁੱਛ ਸਕਦੇ ਨੇ ਐਂਡ ਔਨ ਟਾਪ ਆਫ 댓 ਜਦ ਅਸੀਂ ਗੱਲ ਕਰਦੇ ਹਾਂ ਕੈਪਟਨ ਰਾਣਾ ਹੋਰਾਂ ਦੀ ਤੇ ਉਹਨਾਂ ਤੋਂ ਵੀ ਅਸੀਂ ਸਵਾਲ ਲਵਾਂਗੇ ਲੇਕਿਨ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਰ ਹੋ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਹੈਲੋ ਹੈਲੋ ਵਾਈਕੂ ਜੀ ਜੀ ਦਾ ਖਾਲਸਾ ਵਾਈਕੂ ਜੀ ਕੀ ਕਹਿੰਦੇ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਹਿ ਕੀ ਕਹਿਣਾ ਚਾਹੋਗੇ ਆਈ ਥਿੰਕ ਫਤੇ ਉਹਨਾਂ ਨੇ ਬੁਲਾਉਣੀ ਸੀ ਫੋਨ ਉਹਨਾਂ ਦਾ ਡਿਸਕਨੈਕਟ ਹੋ ਗਿਆ ਦੈਟਸ ਓਕੇ ਕੈਪਟਨ ਨਾਨਾ ਕੈਨ ਯੂ ਪਲੀਜ਼ ਐਕਸਪਲੇਨ ਮੀ ਦੀ ਹਾਇਰਾਰਕੀ ਆਫ ਨਿਊਯਾਰਕ ਪੁਲਿਸ ਡਿਪਾਰਟਮੈਂਟ ਸਟਾਰਟਿੰਗ ਫਰਮ ਦੀ ਐਂਟਰੀ ਲੈਵਲ ਸਹੀ ਤੀਸਰਾ ਤੁਸੀਂ ਦੇਖਿਆ ਹੋਗਾ ਇੰਡੀਆ ਵਿੱਚ ਵੀ ਇਹ ਸਾਊਥ ਏਸ਼ੀਅਨ ਕੰਟਰੀਜ਼ ਜਿਹੜੇ ਵੀ ਉਧਰ ਦੋ ਤਿੰਨ ਰੈਂਕ ਸਿਸਟਮ ਨੇ ਰਾਈਟ ਇਧਰ ਨਿਊਯਾਰਕ ਵਿੱਚ ਆਇਆ ਕਿ ਹਰ ਇੱਕ ਬੰਦੇ ਨੇ ਸ਼ੁਰੂ ਇੱਕ ਹੀ ਜਗ੍ਹਾ ਕਰਨਾ ਹੈ ਪੁਲਿਸ ਵਾਲਾ राइट right. जिस तरह उधर हवलदार ने एसपी यू नो एसएचओ जेडा भी ਤੁਸੀਂ ਕਹੋ डिफरेंट ਲੈਵਲਸ ਨੇ ਇਧਰ ਹਰ ਇੱਕ ਬੰਦੇ ਨੇ ਇੱਕ ਜਗ੍ਹਾ ਸ਼ੁਰੂ ਕਰਦਾ রাইਟ ਪਹਿਲੇ ਉਹ ਸ਼ੁਰੂ ਕਰਨਗੇ ਜਿਸ ਤਰ੍ਹਾਂ ਇੱਕ ਆਪਸ਼ਨ ਹੈ ਕਟੈਟ ਜਦੋਂ ਤੁਸੀਂ ਕਾਲਜ ਜਾ ਰਹੇ ਹੋ ਜਿਸ ਤਰ੍ਹਾਂ ਗੁਰਵਿੰਦਰ ਨੇ ਕੀਤਾ ਸੀ ਉਸ ਤੋਂ ਬਾਅਦ ਫਿਰ ਤੁਸੀਂ ਰਿਕਰੂਟ ਬੰਦੇ ਹੋ ਜਦੋਂ ਹੁਣ ਤੁਸੀਂ ਐਗਜ਼ਾਮ ਦੋਗੇ ਜਿਹੜਾ ਅਸੀਂ ਕਹਿ ਰਹੇ ਮਈ 4 ਦੀ ਡੈਡਲਾਈਨ ਹੈ ਐਗਜ਼ਾਮ ਦੇ ਇੰਤਜ਼ਾਰ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਡੀਕਲ ਬੈਕਗਰਾਉਂਡ ਚੈੱਕ ਤੇ ਦੂਜਾ ਫਿਜ਼ੀਕਲ ਸਾਰਾ ਕੁਝ ਕਰਨਾ ਪੈਣਾ फिर उसकी तो अकैडमी जाना अकैडमी तुम करोगे छे महीने वास्त अकैडमी करोगे फिर उस तो बाद पुलिस ऑफिसर बनोगे पुलिस अफसर तुम तीन साल त रह सकते उस तो एग्जाम दे सौ एग्जाम दोगे सार्जन वास्ते सार्जन बन सौ फिर उस बादल एग्जाम दूजा लुपटैनट दोगे वो दो साल तो बादन बन सकते हो उस तो पहले नहीं तो फिर उसके बाद सेम थिंग लुटैनेंट के बाद कैप्टन का एग्जाम दोगे फिर उस 2 ਸਾਲ ਤੜਾ ਮਿਨਿਮਮ ਹੈ ਜਿਹੜਾ ਤੁਸੀਂ ਫਿਰ ਕੈਪਟਨ ਬਣ ਸਕਦੇ ਹੋ। ਕੀ ਬਾਤ ਹੈ। ਸੋ ਅੱਜ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਕੈਪਟਨ ਸਾਹਿਬ ਬੈਠੇ ਨੇ ਐਂ ਔਰ ਉਹ ਉਹ ਹਰਾਰਕੀ ਮੈਨੂੰ ਲੱਗਦਾ ਬੜੀ ਇੰਪੋਰਟੈਂਟ ਹੁੰਦੀ ਹੈ ਜਿਵੇਂ ਸਾਨੂੰ ਦੱਸਿਆ ਇੱਥੇ ਸਾਡੇ ਨਾਲ ਕਾਲਰਸ ਵੀ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਰ ਨੂੰ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ? ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਰਮੇਲ ਤਾਹਲ ਬੋਲਦਾ। ਹਾਂ ਜੀ ਕੀ ਕਹਿਣਾ ਚਾਹੋਗੇ? ਮੈਂ ਚਾਹਣਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਇਹਨਾਂ ਨਾਲ ਮਿਲ ਕੇ ਅੱਜ ਮੈਂ ਪਹਿਲੀ ਵਾਰ ਇਹਨ ਜੀ ਤੇ આજ ਤੋਂ 35 ਸਾਲ ਪਹਿਲਾਂ 84 ਦੇ ਵਿੱਚ ਆਇਆ ਸੀ ਮੈਂ ਦਲੀਪ ਕੁਮਾਰ ਮੋਗੇ ਤੋਂ ਸੀਗਾ ਲੁਧਿਆਣਾ ਜ਼ਿਲ੍ਹੇ ਤੋਂ ਉਹ ਮੈਨੂੰ ਪੁਲਿਸ ਆਫੀਸਰ ਪਹਿਲੀ ਵਾਰ ਹੀ ਮਿਲੇ ਸੀ ਜੀ ਜਦੋਂ ਮੈਂ ਅਸੀਂ ਮਤਲਬ ਸੁਣ ਜਾਂਦੇ ਹੁੰਦੇ ਸੀਗੇ ਜੋ ਵੀ ਆਪਣੇ گاਉਂ ਵਾਲੇ ਆਉਂਦੇ ਹੁੰਦੇ ਸੀ ਨਾ ਰਾਈਟ ਉਸੇ ਮਿਲਦੇ ਹੁੰਦੇ ਸੀ ਠੀਕ ਹੈ ਜਿਸ ਨਾਲ ਮੇਰੇ ਕੋਲ ਆਧਿ ਨੰਬਰ ਹੈਗਾ ਸਰ ਕਿਹਾ ਹੁਣਾ ਮੇਰੇ ਡਾਇਰੀ ਦੇ ਵਿੱਚ ਜੀ ਤੇ ਮੈਨੂੰ ਬਹੁਤ ਖੁਸ਼ੀ ਜਦੋਂ ਆਪਣੇ ਕੋਈ ਕਲਾਕੇ ਦਾ ਜਾਂ ਆਪਣੇ ਇੰਡੀਆ ਤੋਂ ਕੋਈ ਪੁਲਿਸ ਆਫੀਸ ਇੱਥੇ ਹੁੰਦਾ ਸੀਗਾ ਫਾਇਦਾ ਉਹਨਾਂ ਇੰਨੀ ਖੁਸ਼ੀ ਹੋਈ ਐ ਮੈਂ ਦੱਸਿਆ ਜੀ ਅੱਜ ਦਸਤਾਰ ਪਾ ਕੇ ਵੀ ਤੁਸੀਂ ਨਾ ਮਤਲਬ ਆਪਣਾ ਪੁਲਿਸ ਆਫੀਸਰ ਵਿੱਚ ਰਹਿ ਸਕਦੇ ਆ ਜੀ 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 ਮਿਹਰਬਾਨੀ ਤੁਹਾਡੀ ਤੁਸੀਂ ਸਾਨੂੰ ਕਾਲ ਕਰਕੇ ਹੱਲਾਸ਼ੇਰੀ ਦਿੱਤੀ ਔਰ ਟੀਮ ਨੂੰ ਵੀ ਸਿਕ ਆਫੀਸਰਸ ਐਸੋਸੀਏਸ਼ਨ ਮੁਸਲਿਮਸ ਆਫੀਸਰਸ ਐਸੋਸੀਏਸ਼ਨ ਦੀ ਟੀਮ ਨੂੰ ਵੀ ਹੱਲਾਸ਼ੇਰੀ ਦਿੱਤੀ ਕੈਪਟਨ ਰਾਣਾ ਸਰਜਨ ਗੁਰਵਿੰਦਰ ਸਿੰਘ ਇੱਥੇ ਬਕਾਇਦਾ ਮੌਜੂਦ ਨੇ ਔਰ ਤੁਸੀਂ ਵੀ ਆਪਣੇ ਸਵਾਲ ਜਿਹੜੇ ਆ ਲਾਈਵ ਕਾਲ ਕਰਕੇ ਟੀਵੀ ਸਕਰੀਨ ਦੇ ਉੱਤੇ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ 718 7865221 ਤੇ ਤੁਸੀਂ ਕਾਲ ਕਰਕੇ ਜਿਹੜਾ ਹੈਗਾ ਆਪਣੇ ਸਵਾਲ ਪੁੱਛ ਸਕਦੇ ਹੋ ਕਮਿੰਗ ਬੈਕ ਟੂ ਦੀ ਯੂ ਨੋ ਪੁਆਇੰਟ ਕਮਿੰਗ ਬੈਕ ਟੂ ਦੀ ਕੁਐਸ਼ਨਸ ਜਿਵੇਂ ਇੱਕ ਆਫੀਸਰਸ ਦੀ ਸ਼ਵੀ ਹੁੰਦੀ ਹੈ ਨਾ ਜਿਵੇਂ ਅਸੀਂ ਇੰਡੀਆ ਦੇ ਵਿੱਚ ਵੀ ਵੇਖਦੇ ਸੀ ਪਾਕਿਸਤਾਨ ਜਿਵੇਂ ਅਸੀਂ ਵੇਖਦੇ ਸੀ ਕਿ ਵਕ ਵਕ ਸਾਊਥ ਏਸ਼ੀਅਨਸ ਕੰਟਰੀਜ਼ ਦੇ ਵਿੱਚ ਇੱਕ ਸ਼ਵੀ ਵੇਖੀ ਜਾਂਦੀ ਹੈ ਪੁਲਿਸ ਦੀ ਸੋ ਅਮਰੀਕਾ ਦੀ ਗੱਲ ਕਰੀਏ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਗੱਲ ਕਰੀਏ ਇਟਸ ਦੀ ਨੰਬਰ 1 ਵੀ ਕੈਨ ਸੇ ਦੀ ਪੁਲਿਸ ਐਸੋਸੀਏਸ਼ਨ ਇਨ ਦੀ ਵਰਲਡ ਵੈਨ ਵੀ ਟਾਕ ਅਬਾਊਟ ਐਨਵਾਈਪੀਡੀ ਅਹ ਇਹਦੀ ਕੀ ਸਪੈਸ਼ਲ ਇੰਪੋਰਟੈਂਸ ਹੈ ਔਰ ਇਸ ਐਸੋਸੀਏਸ਼ਨ ਨੂੰ ਜਾਂ ਫਿਰ ਇਸ ਪੁਲਿਸ ਡਿਪਾਰਟਮੈਂਟ ਨੂੰ ਕਿਸ ਅੱਖ ਨਾਲ ਵੇਖਿਆ ਜਾਂਦਾ ਸਰਜਨ ਗੁਰਿੰਦਰ ਸਿੰਘ ਹਾਂਜੀ ਅਗਰ ਦੇਖਿਆ ਜਾਵੇ ਐਨਵਾਈਪੀਡੀ ਚਸਤੇ ਵਿੱਚ 45000 ਮੈਂਬਰਸ ਨੇ ਇਹ ਪੁਲਿਸ ਡਿਪਾਰਟਮੈਂਟ ਸਮ ਕੰਟਰੀਆਂ ਦੀ ਆਰਮੀ ਤੋਂ ਵੀ ਵੱਡਾ ਹੈ ਸੋ ਕਿਸੇ ਵੀ ਤੁਸੀਂ ਕੰਟਰੀ ਚਲ ਜਾਓ ਤਾਂ ਅਗਰ ਕਹੋਗੇ ਤੁਸੀਂ ਐਨਵਾਈਪੀਡੀ ਲਈ ਕੰਮ ਕਰਦੇ ਹੋ ਉਹਨਾਂ ਨੂੰ ਐਸੇ ਪਤਾ ਹੀ ਹੁੰਦਾ ਹੋਵੇ ਕਿ ਐਨਵਾਈਪੀਡੀ ਕੀ ਹੈ ਨਾ ਸੋ ਨਾਟ ਓਨਲੀ ਇੱਕ ਤੁਹਾਨੂੰ ਇੱਕ ਯੂ نو ਵਾਦਾ ਮਿਲਦਾ ਪਰ ਆਲਸੋ ਰਿਸਪੈਕਟ ਮਿਲਦੀ ਹੈ ਕਿਉਂਕਿ ਬਾਕੀ ਕੰਟਰੀਆਂ ਦੇਖਦੀਆਂ ਕਿ ਜੋ ਐਨਵਾਈਪੀ ਦੀ ਟ੍ਰੇਨਿੰਗ ਆ ਉਹ ਵਨ ਆਫ ਦਾ ਟਾਪ ਨਾਚ ਟ੍ਰੇਨਿੰਗ ਇਨ ਦਾ ਵਰਲਡ ਰਾਈਟ ਨਾਟ ਓਨਲੀ ਕਿ ਜਦੋਂ ਤੁਸੀਂ ਰਿਕਰੂਟ ਬਣਦੇ ਹੋ ਉਸ ਟਾਈਮ ਪਰ ਔਨ ਗੋਇੰਗ ਇਨ ਯੋਰ ਕੈਰੀਅਰ ਤੁਹਾਨੂੰ ਡਿਫਰੈਂਟ ਡਿਫਰੈਂਟ ਟ੍ਰੇਨਿੰਗ ਕਰਨ ਦੀ ਮੌਕਾ ਮਿਲਦਾ ਭਾਵੇਂ ਕਾਊਂਟਰ ਟੈਰਰਿਜ਼ਮ ਦਾ ਆ ਜਾਂ ਕੋਈ ਹੋਰ ਜਿਹੜੀ ਕਿ ਐਂਟੀ ਕ੍ਰਾਈਮ ਹੋ ਗਿਆ ਔਰੋ ਕ੍ਰਾਈਮ ਹੋ ਗਿਆ ਕੋਈ ਵੀ ਟ੍ਰੇਨਿੰਗਸ ਨੇ ਉਹ ਤੁਸੀਂ ਥਰੂਆਊਟ ਯੋਰ ਕੈਰੀਅਰ ਤੁਹਾਨੂੰ ਮਿਲਦੀਆਂ ਰਹਿਣੀਆਂ ਸੋ ਉਹ ਤੁਸੀਂ ਨਾ ਰੋਨਲੀ ਆ ਕਿ ਜਦਾਂ ਕਿ ਹੁਣ ਇੱਕ ਡਿਗਨਿਟੀ ਪ੍ਰੋਟੈਕਸ਼ਨ ਟ੍ਰੇਨਿੰਗ ਆ ਜੋ ਕਿ ਤੁਸੀਂ ਕੋਈ ਵੀ ਜਦੋਂ ਯੂਨ ਵਗੈਰਾ ਹੁੰਦਾ ਕੋਈ ਵੀ ਬਾਹਰਲਾ ਮੰਤਰੀ ਹੁੰਦਾ ਤੁਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਨੇ ਆ ਉਹ ਵੀ ਟ੍ਰੇਨਿੰਗਾਂ ਮਿਲਦੀਆਂ ਸੋ ਹਮੇ 2 ਸਾਲ ਪਹਿਲਾਂ ਮੈਨੂੰ ਜਰਮਨ ਚਾਂਸਲਰ ਦੀ ਪ੍ਰੋਟੈਕਸ਼ਨ ਕਰਨ ਦਾ ਮੌਕਾ ਮਿਲਿਆ ਸੀ ਸੋ ਬਹੁਤ ਟ੍ਰੇਨਿੰਗਸ ਜੋ ਉਹਨੇ ਪੂਰ ਮਿਲਦੀਆਂ ਤੇ ਲੇਕਿਨ ਜੋ ਰਿਸਪੈਕਟ ਆ ਥਰੋਅਆਊਟ ਦ ਵਰਲਡ ਆ ਥਿੰਕ ਕੈਪਟਨ ਰਾਣਾ ਪਾਕਿਸਤਾਨ ਵੀ ਗਿਆ ਸੀ ਰਿਪਰੈਜ਼ੈਂਟ ਕਰਨ ਉਹ ਐਨਵਾਈਪੀਡੀ ਸੋ ਇਹ ਦੱਸ ਸਕਦੇ ਆ ਉਹਦੇ ਬਾਰੇ ਮੈਂ ਪਹਿਲੀ ਵਾਰ ਇਹ ਕਹਾਂ ਜਿਹੜਾ ਕੋਲਰ ਜਿਹੜਾ ਉਹਨਾਂ ਨੇ ਜਿਹੜਾ ਸਟੇਟਮੈਂਟ ਦਿੱਤੀ ਹੈ ਨਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਆਈ ਥਿੰਕ ਆਈ ਮੇਨ ਫੋਕਸ ਆਜ ਦ ਸ਼ੋ ਦ ਆਈਸੀ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਾਰੀ ਕਮਿਊਨਿਟੀ ਨੂੰ ਪਤਾ ਲੱਗੇ ਕਿ ਭਾਈ ਅਗਰ ਤੁਹਾਡਾ ਦਿਲ ਕਰਦਾ ਹੈ ਪ੍ਰੋਫੈਸ਼ਨ ਵਿੱਚ ਆਉਣਾ ਹੈ ਜਾਂ ਤੁਹਾਡੇ ਤੁਹਾਨੂੰ ਤੁਹਾਡਾ ਦਿਲ ਕਰਦਾ ਹੈ ਤੁਸੀਂ ਤੁਹਾਡੇ ਬੱਚੇ ਆਣ ਇਸ ਪ੍ਰੋਫੈਸ਼ਨ ਤੇ ਤੁਹਾਨੂੰ ਕੰਪਰੋਮਾਈਜ਼ ਨਹੀਂ ਕਰਨਾ ਪੈਂਦਾ अपने रिलीजन पे बिल्कुल एंड आई थिंक दैट्स अ वेरी गुड थिंग दैट ऑब्वियसली मैसेज इज गोइंग टू द कम्युनिटी दैट्स अ ग्रेट थिंग एंड द अदर अगर ਤੁਸੀਂ ਗੱਲ ਕਰੋ ਐਨਵਾਈਪੀਡੀ ਦੀ ਜਿੱਧਰ ਵਿੱਚ ਚਲੇ ਜਾ ਤੁਸੀਂ ਕਿਹਦੇ ਬਾਰੇ ਜਿਹੜੀ ਦੁਨੀਆ ਵਿੱਚ ਜਿਹੜਾ ਮੁਲਕ ਹੋਏ ਅਗਰ ਤੁਸੀਂ ਐਨਵਾਈਪੀਡੀ ਕੋ ਹਰ ਇੱਕ ਬੰਦਾ ਤੁਹਾਨੂੰ ਜਾਣੇਗਾ ਕੀ ਬਾਤ ਹੈ ਸੋ ਯੂ विल गेट दी एक्नॉलेजमेंट एंड यू गेट दी यू विल गेट दी रिप्रेजेंटेशन इफ यू जॉइन ਨਿਊਯਾਰਕ ਪੁਲਿਸ ਡਿਪਾਰਟਮੈਂਟ ਸਰਜਨ ਗੁਰਿੰਦਰ ਸਿੰਘ ਐਂਡ ਕੈਪਟਨ ਰਾਣਾ ਵਿਲ ਟੈਲ ਯੂ ਮੋਰ ਅਬਾਊਟ ਦਿਸ ਐਂਡ ਆਈ ਵਿਲ ਆਲਸੋ ਆਸਕ ਜਿਹੜੇ ਇੰਡੀਆ ਦੇ ਵਿੱਚ ਅਸੀਂ ਕਈ ਵਾਰ ਵੇਖਿਆ ਹੈ ਔਰ ਪੁਲਿਸ ਆਫੀਸਰਸ ਨੂੰ ਵੇਖਿਆ ਬਕਾਇਦਾ ਸੀ ਆਰਮੀ ਦੇ ਵਿੱਚ ਵੇਖਿਆ ਕਈ ਸਾਰੇ ਮੈਡਲਸ ਮਿਲਦੇ ਸੀਗੇ ਔਰ ਉਹਨਾਂ ਦੇ ਇੱਥੇ ਲਗੇ ਹੁੰਦੇ ਸੀਗੇ ਆਈ ਕੈਨ ਸੀ ਔਨ ਕੈਪਟਨ ਰਾਣਾ ਐਂਡ ਸਰਜੈਂਟ ਗੁਰਵਿੰਦਰ ਸਿੰਘ ਐ ਤੁਸੀਂ ਕਿਵੇਂ ਲਾ ਸਕਦੇ ਹੋ ਔਰ ਕਿਵੇਂ ਤੁਹਾਨੂੰ ਕੰਮ ਕਰਨਾ ਪੈਂਦਾ ਹੈ ਇਨ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਨੰਬਰ 1 ਪੁਲਿਸ ਡਿਪਾਰਟਮੈਂਟ ਇਨ ਦ ਵਰਲਡ ਵਿਲ ਟਾਕ ਮੋਰ ਔਨ ਦਿਸ ਆਫਟਰ ਦਿਸ ਸ਼ਾਰਟ ਬ੍ਰੇਕ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਕਸਰ ਅਸੀਂ ਮਜ਼ਾਕ ਦੇ ਤੌਰ ਤੇ ਕਹਿੰਨੇ ਹੁੰਨੇ ਆ ਕਿ ਜਦ ਤੱਕ ਕੋਈ ਬੈਚ ਨਾ ਲੱਗੇ ਹੋਣ ਤਾਂ ਉਹ ਪੁਲਿਸ ਅਫਸਰ ਨਹੀਂ ਬਣਦਾ ਜਾਂ ਫਿਰ ਆਰਮੀ ਆਫੀਸਰ ਨਹੀਂ ਬਣਦਾ ਤੇ ਮੈਂ ਕੈਪਟਨ ਰਾਣਾ ਤੋਂ ਜ਼ਰੂਰ ਜਾਣਨਾ ਚਾਹਾਂਗਾ ਕਈ ਸਾਰੇ ਤੁਹਾਨੂੰ ਐਕਨੋਲਜਮੈਂਟ ਔਰ ਰੈਕਗਨੀਸ਼ਨਸ ਮਿਲੀ ਹੈ ਮੈਨੂੰ ਪਤਾ ਹੈ ਕਿ ਬੜੀ ਮਿਹਨਤ ਹੁੰਦੀ ਹੈ ਕੈਪਟਨ ਲੈਵਲ ਤੱਕ ਪਹੁੰਚਣ ਦੇ ਲਈ ਜਿਵੇਂ ਤੁਸੀਂ ਦੱਸਿਆ ਸੋ ਇਹ ਕਿਵੇਂ ਤੁਸੀਂ ਲੈ ਸਕਦੇ ਹੋ ਔਰ ਵਟ you have make a difference in yeah. the new york police department so you got all of these nahi medal obviously har ek banda jis tarah tusi kam karoge us tarah hi labhega um je medal labde ne je agar tusi acha jeda banda phadya ya koi karwai tusi roki hai ya fir ਮਤਲਬ ਕੋਈ ਮੋਟਾ ਪਰਚਾ ਹੋਇਆ ਕਿਸੇ ਦਾ ਮੋਟਾ ਪਰਚਾ ਬਿਲਕੁਲ ਬਿਲਕੁਲ ਹੋਈ ਲੇਕਿਨ ਲੇਕਿਨ ਸਾਡੇ ਜਿਹੜੇ ਪਿੱਛੇ ਉਧਰ ਤੇ ਅਗਰ ਤੁਸੀਂ ਮੋਟਾ ਕਰੋ ਤੁਸੀਂ ਤੁਹਾਡੀ ਪ੍ਰੋਮੋਸ਼ਨ ਹੁੰਦੀ ਹੈ ਪਰ ਉਹ ਨਹੀਂ ਹੁੰਦਾ ਇਧਰ ਉਹ ਚੱਕਰ ਨਹੀਂ ਹੈ ਇਧਰ ਸਿਰਫ ਤੁਹਾਨੂੰ ਮੈਡਲ ਜਾਂ ਰੈਕਗਨੀਸ਼ਨ ਇਸ ਵਾਸਤੇ ਇਧਰ ਪ੍ਰੋਸੈਸ ਹੈ ਨਾ ਹਰ ਇੱਕ ਪ੍ਰੋਮੋਸ਼ਨ ਦਾ ਇੱਕ ਪ੍ਰੋਸੈਸ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਬਹੁਤ ਵੱਡਾ ਪਰਚਾ ਕਰ ਲਿਆ ਔਰ ਤੁਹਾਨੂੰ ਹੁਣ ਐਸਪੀ ਤੋਂ ਡੀਐਸਪੀ ਬਣਾਤਾ ਨਹੀਂ ਕੋੜਾ ਕੰਮ ਨਹੀਂ ਹੈ ਇਧਰ ਇਹ ਕੰਮ ਹੈ ਸੋ ਪ੍ਰੋਸੈਸ ਕਿਵੇਂ ਚੱਲਦਾ ਹੈ ਸਰਜਨ ਗੁਰਿੰਦਰ ਸਿੰਘ ਮਤਲਬ ਤੁਸੀਂ ਐਗਜ਼ਾਮ ਮਤਲਬ ਯੂ ਹੈਵ ਟੂ ਗੋ ਏਵ ਫੋਰ ਐਨ ਐਗਜ਼ਾਮ ਹਾਂਜੀ ਸੋ ਲਾਈਕ ਆ ਸੈਡ ਕਿ ਜਿਹੜਾ ਟੈਸਟ ਤੇ ਆਉਣ ਵਾਲਾ ਆ ਸੋ ਵਾਂਸ ਟੂ ਟੈਸਟ ਕਲੀਅਰ ਕਰਤਾ ਤੇ ਉਹ ਤੁਹਾਡੀ ਲਿਸਟ ਬਣਾ ਦਿੰਦੇ ਆ ਤੇ ਕੀ ਹਿਸਾਬ ਨਾਲ ਤੁਹਾਡੇ ਰੈਂਕ ਹੋਏ ਆ ਤੁਸੀਂ ਤੁਹਾਡੇ ਸਕੋਰ ਆਏ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਜੇ ਤੁਹਾਡੀ ਲਿਸਟ ਨੰਬਰ ਹੈ ਉਹ ਤੁਹਾਡੇ ক্লোਜ਼ ਆ ਜਾਂਦੇ ਆ ਆਈ ਥਿੰਕ ਹੁਣ ਜਿਹੜੀ ਐਵਰੇਜ ਆ ਬਿਟਵੀਨ 1 ਤੋਂ 2 ਇਅਰ ਦੇ ਬੈਚ ਵਿੱਚ ਤੁਹਾਡਾ ਹੋ ਹੀ ਜਾਂਦਾ ਵੱਸ ਤੁਹਾਨੂੰ ਕਾਲ ਆਏਗੀ ਜਾਂ ਤੁਹਾਨੂੰ ਈਮੇਲ ਆਏਗੀ ਕਿ ਆਪਣਾ ਪ੍ਰੋਸੈਸ ਸ਼ੁਰੂ ਕਰ ਲਓ ਤੁਸੀਂ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਇਨਵੈਸਟੀਗੇਟਰ ਸائن ਕੀਤਾ ਜਾਊਗਾ ਜਿਹੜਾ ਕਿ ਤੁਹਾਡਾ ਪੂਰਾ ਪੇਪਰਵਰਕ ਕੰਪਲੀਟ ਕਰਕੇ ਪੈਕੇਜ ਬਣਾ ਕੇ ਉਹ ਅੱਗੇ ਭੇਜੇਗਾ ਤੇ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਹੁੰਦਾ ਆ ਤੇ ਆ ਮੈਡੀਕਲ ਤੋਂ ਬਾਅਦ ਤੁਹਾਡਾ ਇੱਕ ਜੌਬ ਸਟੈਂਡਰਡ ਟੈਸਟ ਆ ਜਿਹਨੂੰ ਜੀਐਸਟੀ ਕਹਿੰਦੇ ਆ ਜੋ ਤੁਹਾਡਾ ਫਿਜ਼ੀਕਲੀ ਲੈਵਲ ਚੈੱਕ ਕਰਦੇ ਆ ਤੇ ਉਸ ਤੋਂ ਬਾਅਦ ਇੱਕ ਤੁਹਾਡਾ ਸਾਈਕਲੋਜੀਕਲ ਐਗਜ਼ਾਮ ਹੁੰਦਾ ਜਿਹੜੇ ਰਿਟਨ ਕੁਐਸਚਨ ਹੁੰਦੇ ਨੇ ਤੇ ਉਸ ਤੋਂ ਬਾਅਦ ਤੁਹਾਡਾ ਔਰਲ ਸਾਈਕਲੋਜੀਕਲ ਦੂਜੀ ਤਰੀਕਾ ਆਪਣੇ ਸਰ ਐਨਵਾਈਪੀਡੀ ਦੇ ਸਾਈਕੋਲੋਜਿਸ ਨਾਲ ਬੈਠੇ ਹੋ ਉਹਤੋਂ ਗੱਲਾਂ ਕਰਦੇ ਨੇ ਯਾ ਮੇਕ ਸ਼ੋਰ एवरीथिंग ਇਜ਼ ਗੁੱਡ ਤੇ ਜੋ ਲਾਸਟ ਪਾਰਟ ਹੈ ਤੁਹਾਡਾ ਡਰਗ ਟੈਸਟ ਥੇ ਤੇ ਉਸ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਜਦੋਂ ਹੋ ਜਾਂਦੀ ਆ ਫਿਰ ਤੁਸੀਂ ਅਕੈਡਮੀ ਵਿੱਚ ਜਾਂਦੇ ਆ ਜੋ ਕਿ ਇੱਕ 6 ਮਨਥ ਪ੍ਰੋਸੈਸ ਨੇ ਤੇ ਜਿਸ ਦੇ ਵਿੱਚ ਤੁਸੀਂ ਨਾਟ ਓਨਲੀ ਕਿ ਆਪਣੇ ਪੁਲਿਸ ਲਾਅ ਬਾਰੇ ਪੜ੍ਹਦੇ ਹੋ ਪਰ অলਸੋ ਤੁਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਹੋ ਰਾਈਟ ਕਾਲਰਸ ਵੀ ਜੁੜੇ ਹੋਏ ਨੇ ਕਾਲਰਸ ਕੀ ਕਹਿਣਾ ਚਾਹੁੰਦੇ ਹਨ ਸਸਿਕਾ ਜੀ ਤੁਸੀਂ ਔਨ 에ਅਰ ਹੋ ਕੌਣ ਬੋਲ ਰਿਹਾ ਕਿੱਥੋਂ ਬੋਲ ਰਹੇ ਹੋ ਆ ਜਿਸੀ ਗੱਲ ਹੀ ਮੈਂ ਕਰਵਾਇਆ ਸੀ ਜਿਹੜਾ ਬਹੁਤ ਦਾ ਪਹਿਲਾਂ ਹੀ ਗੱਲ ਹੋਈ ਸੀਗੀ 2 ਮਹੀਨਾ ਪਹਿਲਾਂ ਜੀ ਤੇ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਕਿ ਜਿਹੜੇ ਮੈਂ ਡੀਸੀ ਦੇ ਵਿੱਚ ਕਲੋਜ ਰਹਿ ਰਹੇ ਆ ਜੀ ਤੇ ਉੱਥੇ ਵੀ ਮੈਂ ਇੱਕ ਗੁਰਸਿੱਖ ਨੂੰ ਆਪਣੇ ਰਾ ਨੂੰ ਮਿਲਿਆ ਉਹ ਵੀ ਪੁਲਿਸ ਆਫੀਸਰ ਵਿਚ ਜੀ ਮੈਂ ਮੇਰੀ ਗੱਲ ਕੱਟੀ ਗਈ ਸੀਗੀ ਮੈਂ ਇਹ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਮਾਣ ਆਇਨਾ ਬੱਚਿਆਂ ਤੇ ਜੀ ਤੇ ਇਹਨਾਂ ਨਾਲ ਆਪਾਂ ਅੱਗੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੁੰਦੇ ਮੇਰੇ ਦੋਸਤਾਂ ਦੇ ਦੋ ਤਿੰਨ ਬੱਚੇ ਪੁਲਿਸ ਆਫੀਸਰ ਨੇ ਉਹਨਾਂ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੈਰੀ ਗੁੱਡ ਠੀਕ ਹੈ ਜੀ ਹਾਂ ਇੰਨੇ ਹੀ ਮੈਂ ਕਹਿਣਾ ਚਾਹੁੰਦਾ ਬਸ ਇਹ ਨਹੀਂ ਮੇਰੀ ਬੇਨਤੀ ਆ ਵੀ ਸਭ ਨੂੰ ਦੱਸੋ ਵੀ ਬੱਚਿਆਂ ਨੂੰ ਆਪਣੇ ਇਹ ਗੁਰ ਸਿੱਖੀ ਤੇ ਲੈ ਕੇ ਆਓ ਚਾਹੇ ਪੁਲਿਸ ਆਫੀਸ ਜਾਂ ਕਿਸੇ ਮਹਿਕਮੇ ਯਸ ਜੀ ਬਿਲਕੁਲ ਮਿਹਰਬਾਨੀ ਜੀ ਤੁਹਾਡੀ ਸਰਜਨ ਗੁਰਿੰਦਰ ਇੱਥੇ ਜਿਵੇਂ ਤੁਸੀਂ ਪੱਗ ਦੀ ਗੱਲ ਕੀਤੀ ਹਨ ਕਈ ਸਾਰੇ ਚੈਲੰਜਸ ਤੁਸੀਂ ਦੱਸਿਆ ਕਿ 2016 ਤੋਂ ਪਹਿਲਾਂ ਆਉਂਦੇ ਸੀਗੇ ਵਾਈਟ ਇਟ ਇਜ਼ ਇੰਪੋਰਟੈਂਟ ਫਾਰ ਅਸ ਟੂ ਸ਼ੋ ਯੂ نو ਆਰ ਰਿਪਰੈਜੈਂਟੇਸ਼ਨ ਵੈਨ ਵੀ ਟਾਈ ਅ ਪੱਗ ਐਂਡ ਵੀ ਆਲਵੇਸ ਸੇ ਯੂ نو ਫਾਰ ਅਸ ਇਟ ਇਜ਼ ਵੈਰੀ ਇੰਪੋਰਟੈਂਟ to be there in police department and we are also representing our culture and our religion <laughs> so new york police department di de gal kariye se coffee such association di gal kariye tusi kis tarike nal kam karde ho inna galan de utte kiven dhyan rakhde ho ki jehde bacche ne oh dastardari jehde sade uh, bacche ne oh join karan taaki representation ho ragge vade haan ji te apne bhai ji di jehdi gal mari main respond karna chahuna kyonki jehda pa karde image ka mdp di hai na gal te ਜਦੋਂ NYPD ਨੇ ਅਪਰੂਵ ਕਰਤੀ ਸੀ ਪਾਕ ਹਨ ਉਸ ਤੋਂ ਬਾਅਦ ਬਹੁਤ ਸਾਰੇ ਪੁਲਿਸ ਡਿਪਾਰਟਮੈਂਟ ਨੇ ਉਹੀ ਗਾਈਡਲਾਈਨਸ ਫਾਲੋ ਕਰਕੇ ਆਪਣੇ ਉਹਨਾਂ ਨੇ ਆਪਣੇ ਪੁਲਿਸ ਡਿਪਾਰਟਮੈਂਟ ਵਿੱਚ ਦਸਤਾਰ ਤੇ ਦਾੜੀ ਸਜਾਉਣ ਦਾ ਮੌਕਾ ਦਿੱਤਾ ਸੀ ਤੇ ਰੀਸੈਂਟਲੀ ਆਇਰਲੈਂਡ ਵਿੱਚ ਸਾਨੂੰ ਕਾਲ ਆਈ ਸੀ ਤੇ ਉਹ ਆਇਰਲੈਂਡ ਵਿੱਚ ਵੀ ਆਪਣੇ ਦਸਤਾਰ ਸਜਾ ਕੇ ਆਪਣੇ ਦਾੜੀ ਰੱਖ ਕੇ ਕੰਮ ਕਰਨਾ ਚਾਹੁੰਦੇ ਆ ਸੋ ਤੁਹਾਡੀ ਕੁਐਸਚਨ ਦਾ ਜਵਾਬ ਆਪਾਂ ਨੂੰ ਮਾਨ ਹੋਣਾ ਚਾਹੀਦਾ ਕਿ ਆਪਾਂ ਇੰਨੇ ਵੱਡੇ ਪੁਲਿਸ ਸਟਾਪਨ ਵਿੱਚ ਰਹਿ ਕੇ ਦਸਤਾਰ ਸਜਾਉਂਦੇ ਆ ਤੇ ਮੇਰਾ ਜੋ ਫੰਕਸ਼ਨ ਹੈ ਐਜ਼ ਅ ਪ੍ਰੈਜ਼ੀਡੈਂਟ ਆਫ ਸਿੱਖ ਆਫਸਰ ਐਸੋਸੀਏਸ਼ਨ ਕਿ ਨਾ ਔਨਲੀ ਕਿ ਆਪਣੇ ਯੂਥ ਨੂੰ ਇਨਕਰੇਜ ਕਰੀਏ ਕਿ ਅੱਗੇ ਭੱਜਣ ਪਰ ਲੇਕਿਨ ਜਦੋਂ ਉਹ ਆਉਂਦੇ ਆ ਹਨਾ ਤੇ ਮੇਕ ਸ਼ੋਰ ਕਿ ਉਹ ਇਹ ਡਿਪਾਰਟਮੈਂਟ ਨੂੰ ਹੈਂਡਲ ਪ੍ਰੋਪਰਲੀ ਕਰ ਸਕੇ ਕਿਉਂਕਿ ਕਈ ਵੇਲੇ ਆਪਾਂ ਹੁਣ ਜਾ ਕਿਉਂਕਿ ਅਗਰ ਤੁਸੀਂ ਕਿਸੇ ਥਾਣੇ ਵਿੱਚ ਜਾਂਦੇ ਆ ਹਨਾ ਤੇ ਉੱਥੇ ਮੈਜੋਰਿਟੀ ਤੁਹਾਨੂੰ ਬਿਨਾਂ ਦਾ ਸਟਾਰ ਤੋਂ ਮੈਨਣਾ ਹਨਾ ਕਿ ਨਾ ਪੰਜਾਬੀ ਤੇ ਸਾਨੂੰ ਹੁੰਦਾ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਕੰਫਰਟेबल ਬਣਾਈਏ ਕਿ ਜੇ ਉਹਨਾਂ ਕੋਈ ਪ੍ਰੋਬਲਮ ਆਉਂਦੀ ਹੈ ਜਸਤਾਰ ਵਾਰੇ ਜਾਂ ਦਾੜੀ ਵਾਰੇ ਉਹ ਸਾਨੂੰ ਆ ਕੇ ਦੱਸਣ ਤੇ ਅੱਗੇ ਅਸੀਂ ਗੱਲ ਕਰੀਏ ਕਿਸੇ ਹੋਰ ਨਾਲ ਕਿ ਪਤਾ ਲੱਗੇ ਕਿ ਬਾਕੀਆਂ ਨੂੰ ਵੀ ਕੈਪਟਨ ਰਾਣਾ ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ ਕਈ ਸਾਰੇ ਪ੍ਰੋਬਲਮ ਸਾਡੀ ਕਮਿਊਨਿਟੀ ਦੇ ਵਿੱਚ ਹੁੰਦੀ ਹੈ ਭਾਵੇਂ ਉਹ ਡਰੱਗ ਅਬਿਊਜ਼ ਦੀ ਹੋਵੇ ਡੋਮੈਸਟਿਕ ਵਾਇਲੈਂਸ ਦੀ ਹੋਵੇ ਜਾਂ ਫਿਰ ਡਿਸਕ੍ਰਿਮੀਨੇਸ਼ਨ ਹੋਵੇ ਪਬਲਿਕ ਸੇਫਟੀ ਤੇ ਜਿਤ ਜਿਹੇ ਗੱਲਾਂ ਆਉਂਦੀਆਂ ਹਨ ਤਾ ਕਈ ਕਵਾਰ ਲੈਂਗੁਏਜ ਬੈਰੀਅਰ ਆ ਜਾਂਦਾ ਹੈ ਸੀ ਪੁਲਿਸ ਆਫਿਸਰ ਨੂੰ ਸਮਝਾ ਨਹੀਂ ਪਾਉਂਦੇ ਤੇ ਸਾਨੂੰ ਉਹ ਪ੍ਰੋਸੈਸ ਕਿਵੇਂ ਹੁੰਦਾ ਕਿ ਅਸੀਂ ਕਾਲ ਕਰਕੇ ਆਪਣੇ ਕਹਿ ਸਕਦੇ ਹਾਂ ਕਿ ਅਸੀਂ ਪੰਜਾਬੀ ਬੋਲਦੇ ਹਾਂ ਵੀ ਨੀਡ ਅ ਪੰਜਾਬੀ ਟ੍ਰਾਂਸਲੇਟਰ অর ਸਮਥਿੰਗ ਲਾਈਕ ਥੈਟ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਜੂਰ ਸਮਝਾਓ ਕਿ ਜੇਕਰ ਉਹ ਕਾਲ ਕਰਨ ਤਾਂ ਅਤਤ ਜ਼ਿਆਦਾ ਉਹ ਕੰਪਲੇਂਟ ਡਿਸਕਰ ਕੀ ਨਹੀਂ ਕਰਦੇ ਕਿ ਅਸੀਂ ਬੋਲ ਨਹੀਂ ਪਾਵਾਂਗੇ ਇੰਗਲਿਸ਼ ਨਹੀਂ ਬੜਾ ਅੱਛਾ ਕੁਐਸਚਨ ਹੈ ਬਲਕਿ ਮੈਂ ਵੀ ਕਮਾਂਗਾ ਸਾਰਿਆਂ ਨੂੰ ਕਿ ਪਹਿਲੀ ਗੱਲ ਤੇ ਹੈ ਕਿ ਜਦੋਂ ਤੁਸੀਂ ਪੁਲਿਸ ਨੂੰ ਕਾਲ ਕਰੋ ਜਾਂ ਆਪਣੇ ਮੈਡੀਕਲ ਵਾਸਤੇ ਐਮੂਲੈਂਸ ਨੂੰ ਕਾਲ ਕਰੋ ਫਾਇਰ ਡਿਪਾਰਟਮੈਂਟ ਕਾਲ ਕਰੋ ਅਗਰ ਤੁਸੀਂ ਤੁਹਾਡੇ ਅਗਰ ਜ਼ਿਆਦਾਤਰ ਸਾਡੇ ਬੰਦੇ ਆਏ ਨੇ ਜਿਹੜੇ ਪੇਪਰ ਆਏ ਨੇ ਲੇਕਿਨ ਜਿਹੜੇ ਤੁਹਾਡੇ ਕੋਲ ਪੇਪਰ ਨਹੀਂ ਵੀ ਆਏ ਨੇ ਨਾ ਉਹ ਵੀ ਤੁਸੀਂ ਕਭੀ ਗੁਬਰਾਓ ਨਾ ਤੁਹਾਡਾ ਨਾ ਕੋਈ ਪੁਲਿਸ ਵਾਲਾ ਕਦੋਂ ਤੱਕ ਅਨੁਕੂਲ ਪੁੱਛੇਗਾ ਕਿ ਤੁਹਾਡੇ ਪੇਪਰ ਹੈ ਨੇ ਨਾ ਹੋ ਜਾਂ ਕੋਈ ਤੁਹਾਡਾ ਨਿਊਯਾਰਕ ਸਿਟੀ ਦਾ ਲਾਅ ਹੈ ਮੇਅਰ ਮੇਅਰ ਐਗਜ਼ੀਕਿਊਟਿਵ ਆਰਡਰ ਹੈ ਕਿ ਕੋਈ ਸਿਟੀ ਏਜੰਸੀ ਤਾਨੂੰ ਤੁਹਾਡਾ ਲੀਗਲ ਸਟੈਟਸ ਨਹੀਂ ਪੁੱਛ ਸਕਦੀ ਤੇ ਪਹਿਲੀ ਗੱਲ ਤੇ ਆ ਮੈਂ ਤਾਂ ਕਿ ਇਸ ਵਾਰ ਬਹੁਤ ਵੱਡੀ ਇਨਫੋਰਮੇਸ਼ਨ ਸ਼ੇਅਰ ਕੈਪਟਨ ਰਾਣਾ ਨੇ ਇੱਥੇ ਕੀਤੀ ਹੈ ਕਿ ਨਿਊਯਾਰਕ ਪੁਲਿਸ ਡਿਪਾਰਟਮੈਂਟ ਜਾਂ ਫਿਰ ਨਿਊਯਾਰਕ ਸਿਟੀ ਦੀ ਕੋਈ ਵੀ ਅਫੀਸ਼ੀਅਲ ਡਿਪਾਰਟਮੈਂਟ ਤੁਹਾਡੇ ਤੋਂ ਨਹੀਂ ਪੁੱਛ ਸਕਦਾ ਕਿ ਤੁਹਾਡੇ ਕੋਲ ਪੇਪਰਸ ਹੈ ਜਾਂ ਨਹੀਂ ਜਾਂ ਕੈਟ ਦਾ ਭਾਵ ਹੈ ਕਿ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹਨਾਂ ਨੂੰ ਵੀ ਰਾਈਟ ਨਹੀਂ ਹੈ ਤੁਹਾਨੂੰ ਪੁੱਛਣ ਦਾ ਕਿ ਤੁਹਾਡੇ ਕੋਲ ਪੇਪਰਸ ਹੈ ਜਾਂ ਨਹੀਂ ਜੇਕਰ ਤੁਹਾਡੇ ਨਾਲ ਕੁਝ ਹੁੰਦਾ ਹੈ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਤੁਸੀਂ ਟ੍ਰੇਨ ਦੇ ਵਿੱਚ ਸਫਰ ਕਰਦੇ ਹੋ ਤੁਹਾਨੂੰ ਕਿਸੇ ਨੇ ਹੇਟ ਕਰਾਇਮ ਕੀਤਾ ਜਾਂ ਫਿਰ ਤੁਸੀਂ ਗੈਸ ਸਟੇਸ਼ਨ ਤੇ ਜਾਂ ਸਟੋਰ ਤੇ ਜਿੱਥੇ ਕਿਤੇ ਵੀ ਟੈਕਸੀ ਚਲਾ ਰਹੇ ਹੋ ਜਾਂ ਕੰਸਟਰਕਸ਼ਨ ਦਾ ਕੰਮ ਕਰ ਰਹੇ ਹੋ ਤੁਹਾਨੂੰ ਕਿਸੇ ਨੇ ਕੁਝ ਕਿਹਾ ਹੈ ਔਰ ਜੇਕਰ ਤੁਹਾਨੂੰ ਉਹ ਨੁਕਸਾਨ ਵੀ ਪਹੁੰਚਾਉਂਦਾ ਹੈ ਤੁਹਾਨੂੰ ਉਹ ਮਾਰਦਾ ਵੀ ਹੈ ਤਾਂ ਵੀ ਤੁਸੀਂ ਆਪਣੀ ਪੁਲਿਸ ਰਿਪੋਰਟ ਦਰਜ ਕਰਾ ਸਕਦੇ ਹੋ ਆਪਣਾ ਪਰਚਾ ਦਰਜ ਕਰਾ ਸਕਦੇ ਹੋ ਐਕਾ ਕਿ ਇਸ ਬੰਦੇ ਨੇ ਮੇਰੇ ਨਾਲ ਹੇਟ ਕਰਾਇਮ ਕੀਤਾ ਹੈ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਹੈ ਜਾਂ ਫਿਰ ਮੈਨੂੰ ਕਟਿਆ ਔਰ ਤੋ ਉਹਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ ਇਸ ਬਾਰੇ ਵੀ ਮੈਂ ਕੈਪਟਨ ਨਾਣਾ ਜਰੂਰ ਜਾਨਾ ਚਾਹਾਂਗਾ ਕਿ ਜਿਹੜਾ ਸੌਲਟ ਹੁੰਦਾ ਉਹਦੀ ਕੀ ਡੈਫੀਨੇਸ਼ਨ ਹੈਗੀ ਹੈ ਕਿ ਜਿਵੇਂ ਅਸੀਂ ਕਿਸੇ ਨੂੰ ਹੱਥ ਲਾ ਦਿੰਨੇ ਆ ਪਹਿਲਾਂ ਕੋਈ ਸਾਨੂੰ ਗਾਲ ਕੱਢ ਰਿਹਾ ਔਰ ਅਸੀਂ ਹੱਥ ਲਾਤਾ ਉਹਨੂੰ ਉਹ ਸਾਡੇ ਉੱਤੇ ਕੇਸ ਬਣਦਾ ਜੀ ਨਿਊਯਾਰਕ ਸਿਟੀ ਵਿੱਚ ਤੇ ਇੱਕ ਤੇ ਲੋ ਐਨ ਜੀ ਹੈ ਨਾ ਕਿ ਸੈਲਫ ਡਿਫੈਂਸ ਲੋ ਤੁਸੀਂ ਕਹਿੰਦੇ ਹੋ ਨਾ ਕਿ ਸਟੇਟਾਂ ਵਿੱਚ ਹੈ ਨਹੀਂ ਇੱਧਰ ਨਹੀਂ ਹੈ ਇੱਧਰ ਮਤਲਬ ਕਿ ਅਗਰ ਤੁਹਾਡਾ ਹੈ ਤਾਂ ਤੁਹਾਡੀ ਰਿਸਪਾਂਸਿਬਿਲਟੀ ਹੈ ਇਹ ਕਿ ਤੁਸੀਂ 911 ਕਾਲ ਕਰੋ ਪੁਲਿਸ ਨੂੰ ਕਾਲ ਕਰੋ you know i mean obviously ਜਦੋਂ ਜਦੋਂ ਪੁਲਿਸ ਰਿਸਪੌਂਡ ਕਰਦੀ ਹੈ ਅਗਰ ਤੁਹਾਨੂੰ ਆਪਣੀ ਜਾਨ ਵੀ ਬਚਾਣੀ ਹੈ ਤੇ ਦ ਸਟੈਪਸ ਦੈ ਯੂ ਟੇਕ ਆਪਣੀ ਜਾਨ ਬਚਾਉਣ ਵਾਸਤੇ ਯੂ نو ਅਗਰ ਉਹ ਲੀਗਲ ਮੀਨਸ ਵਿੱਚ ਨਹੀਂ ਤੇ ਪੁਲਿਸ ਵਾਲੇ ਤੁਹਾਨੂੰ ਉਸੇ ਤਰ੍ਹਾਂ ਟ੍ਰੀਟ ਕਰਨਗੇ ਦੂਜਾ ਤੁਹਾਡਾ ਕੁਐਸਚਨ ਰਹਿ ਗਿਆ ਲੈਂਗੁਏਜ ਦਾ ਲੈਂਗੁਏਜ ਤੁਸੀਂ ਅਗਰ 911 ਕਾਲ ਵੀ ਕਰੋਗੇ ਨਾ ਰਾਈਟਵੇ ਤੁਸੀਂ ਬਸ ਲੈਂਗੁਏਜ ਦੱਸ ਦੋ ਕਿ ਪੰਜਾਬੀ उन्होंने इंटरप्रेटर उन्होंने दूजी त्री लाइन तो लैके आन गए ताकि तीसरी ता, सारा कुछ पंजाबी दसो कि पुलिस वाले इंग्लिश ट्रांसलेट करके दस देंगे सेम थिंग अगर तीस पुलिस वाले तड़े आए ने कॉल के बाद तू नहीं समझ लगती हर एक पुलिस वाले देोन एक ट्रांसलेशन ऐप है वो ट्रांजलेन करके दे लैंगज का कोई फिक्र नहीं करनी स्टेटस की कोई फिक्र नहीं करनी अगर तुम विक्टम हो ਆਲਵੇਸ ਕਾਲ 911 ਕਰੈਕਟ ਜੇ ਕੋਈ ਤੁਸੀਂ ਵਿਕਟਮ ਹੋਏ ਹੋ ਕਾਲ 911 ਔਰ 911 ਤੇ ਕਾਲ ਕਰਕੇ ਆਪਣੇ ਸਵਾਲ ਜਾਂ ਫਿਰ ਆਪਣੀ ਕੰਪਲੇਂਟ ਤੁਸੀਂ ਦਰਜ ਕਰਾ ਸਕਦੇ ਹੋ ਅ ਇੱਥੇ ਇੱਕ ਬ੍ਰੇਕ ਲਈ ਫਿਲਹਾਲ ਰੁਕਾਂਗੇ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤਾਂ ਸਰਜਨ ਗੁਰਿੰਦਰ ਸਿੰਘ ਤੋਂ ਲਵਾਂਗੇ ਹੋਰ ਵੀ ਸਵਾਲ ਕਿ ਕਿਵੇਂ ਬਣ ਸਕਦੇ ਹੋ ਤੁਸੀਂ ਵੀ ਪ੍ਰਾਊਡ ਆਫੀਸਰ ਇਨ ਨਿਊਯਾਰਕ ਪੁਲਿਸ ਡਿਪਾਰਟਮੈਂਟ ਆਫਟਰ ਦਿਸ ਸ਼ਾਰਟ ਬ੍ਰੇਕ ਦੇਖਦੇ ਬਾ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਅੱਜ ਪੰਜਾਬ ਪੁਲਿਸ ਨਹੀਂ ਸਗੋ ਨਿਊਯਾਰਕ ਪੁਲਿਸ ਡਿਪਾਰਟਮੈਂਟ ਤੋਂ ਪੁਲਿਸ ਡਿਪਾਰਟਮੈਂਟ ਦੀ ਟੀਮ ਤੋਂ ਸਿਕ ਅਫਸਰਸ ਐਸੋਸੀਏਸ਼ਨ অর ਮੁਸਲਿਮ ਅਫਸਰ ਐਸੋਸੀਏਸ਼ਨ ਦੀ ਟੀਮ ਤੋਂ ਸਾਡੇ ਨਾਲ ਅਫਸਰ ਸੱਥੇ ਮੌਜੂਦ ਨੇ ਜੋ ਕਿ ਸਾਡੇ ਨੂੰ ਰਿਕਰੂਟਮੈਂਟ ਪ੍ਰੋਸੈਸ ਦੱਸ ਰਹੇ ਨੇ ਔਰ ਅਵੀ ਦੱਸ ਰਹੇ ਨੇ ਕਿਵੇਂ ਤੁਸੀਂ ਪੇਪਰ ਦੇ ਕੇ ਜਿਹੜਾ ਹੈ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਹਿੱਸਾ ਬਣ ਸਕਦੇ ਹੋ ਔਰ ਤੁਸੀਂ ਵੀ ਆਪਣੇ ਆਪ ਨੂੰ ਕਹਾ ਸਕਦੇ ਹੋ ਅਫਸਰ ਲੈਟਸ ਆਸਕ ਦਿਸ ਕੁਸ਼ਨ ਫਰਮ ਸਰਜਨ ਗੁਰਿੰਦਰ ਸਿੰਘ कि हाउ यू विल बिकम एन सक्सेसफुल एंड आल्सो एन इंटेलिजेंट ऑफिसर इफ वी वाना जॉइन 뉴욕 પોલીસ ডিপার্টমেন্ট ਹਾ ਵਨ ਆਫ ਦਾ ਕੁਐਸਚਨਸ ਹਨ ਪੁਆਇੰਟਸ ਆ ਕਿ ਕਿਹੜੀ ਐਜੂਕੇਸ਼ਨ ਕਿਹੜੀ ਚਾਹੀਦੀ ਹੈ ਐਨਵਾਈਪੀਡੀ ਆਉਣ ਲਈ ਆ ਤੁਹਾਨੂੰ ਸਿਰਫ 60 ਕ੍ਰੈਡਿਟਸ ਚਾਹੀਦੇ ਨੇ ਜੋ ਕਿ ਆਪਾਂ ਐਸੋਸੀਏਟ ਮੰਨਦੇ ਆ ਤੇ ਹਨਾ ਤੇ ਉਹ ਕੋਈ ਵੀ ਮੇਜਰ ਹੋਵੇ ਤੇ ਉਹ ਤੁਸੀ ਕਰ ਸਕਦੇ ਆ ਤੇ ਕੀ ਨਾ ਆ ਮੈਂ ਜੋ ਪਰਜੀਤ ਅਗਰ ਤੁਸੀ ਮੈਂ ਦੱਸਿਆ ਪਹਿਲਾਂ ਮੈਂ ਇੱਕ ਡੈਟ ਸੀ ਉਹਦੇ ਵਿੱਚ ਤੁਹਾਨੂੰ ਬੈਚਲਰ ਕਰਨੀ ਪੈਂਦੀ ਹੈ ਰਾਈਟ ਐਨਵਾਈਪੀਡੀ ਪੇ ਕਰਦੀ ਆ ਉਹਦੀ ਤੇ ਤੁਹਾਨੂੰ ਤੁਹਾਨੂੰ ਪੇ ਵੀ ਆ ਤੇ ਤੁਹਾਡੀ ਉਹ ਪੈਸੇ ਵੀ ਪੇ ਕਰਦੀ ਆ ਤੇ ਜਿਵੇਂ ਕਿ ਹੁਣੇ ਲਾਸਟ ਈਅਰ ਮੈਂ ਆਪਣਾ ਐਮਬੀਏ ਕੰਪਲੀਟ ਕੀਤਾ ਉਹ ਵੀ ਸਾਰਾ ਐਨਵਾਈਪੀਡੀ ਨੇ ਕਵਰ ਕੀਤਾ ਕੀ ਬਾਤ ਹੈ ਸੋ ਬਹੁਤ ਲੱਗੇ ਇਟਸ ਆ ਵੈਰੀ ਅ ਲੋਟ ਆਪੋਰਚੁਨਿਟੀ ਹੁਣ ਤੁਸੀਂ ਮਾਸਟਰ ਵੀ ਹੋ ਗਏ ਮਤਲਬ ਅੱਛਾ ਠੀਕ ਜੀ ਤੇ ਲੱਕ ਦੀ ਤਾਂ ਹੈ ਵਾਹਿਗੁਰੂ ਦੀ ਕਿਰਪਾ ਨਾਲ ਰਾਈਟ ਤੇ ਆ ਪਿਛਲੇ ਸਾਲ ਮੈਂ ਆਪਣਾ ਕੰਪਲੀਟ ਕਰ ਲਿਆ ਸੀ ਸੋ ਆਪੋਰਚੁਨਿਟੀਜ਼ ਬਹੁਤ ਨੇ ਲੇਕਿਨ ਆਪਾਂ ਨੂੰ ਆਪਣੇ ਉੱਪਰ ਆਪਣੇ ਪੇਰੈਂਟਸ ਵੀ ਜਿਹੜੇ ਆ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਹੈ ਕਿ ਆਪਣੇ ਯੂ ਨੋ ਕਿਉਂਕਿ ਆਪਾਂ ਕਹਿੰਦੇ ਡਾਕਟਰ ਬਣਨੀ ਹੈ ਜਾਂ ਲੋਅਰਸ ਬਣਨੀ ਹੈ ਜਾਂ ਯੂ ਨੋ ਇਹ জব ਬਹੁਤ ਜਾਈ ਹੈ। ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਸਰਜਨ ਗੁਰਵਿੰਦਰ ਟੂ ਜੁਆਇਨ ਲਾਅ ਐਨਫੋਰਸਮੈਂਟ। ਵੇਅਰ ਵੀ ਵੀ ਆਲਵੇਸ ਟਾਕ ਅਬਾਊਟ ਆਰ ਰਿਪਰੈਜ਼ੈਂਟੇਸ਼ਨ। ਵੀ ਹੈਵ ਆਰ ਰਿਪਰੈਜ਼ੈਂਟੇਸ਼ਨ ਇਨ ਮੈਡੀਕਲ ਸੈਕਟਰ। ਵੀ ਹੈਵ ਆ ਰਿਪਰੈਜ਼ੈਂਟੇਸ਼ਨ ਵੈਨ ਇਟ ਕਮਸ ਟੂ ਕਾਰਪੋਰੇਟ ਵਰਕ। ਵੀ ਹੈਵ ਆਰ ਰਿਪਰੈਜ਼ੈਂਟੇਸ਼ਨ ਇੰਜੀਨੀਅਰਿੰਗ। ਬਟ ਆਈ ਥਿੰਕ ਦ ਲਾਅ ਐਨਫੋਰਸਮੈਂਟ ਇਜ਼ ਆਲਸੋ ਵਨ ਆਫ ਦੀ And uh, however, uh, you know Sergeant uh, Gurvinder Singh is working for New York Police Department as president for Sikh Officers Association, and Captain Rana. When it comes to South Asian representation, when it comes to our Sikh community representation, you can also join and also become a police officer. And. nypdrecruit.com ਤੇ ਜਾ ਕੇ ਤੁਸੀਂ ਜਿਹੜੀ ਹੋਰ ਜਾਣਕਾਰੀ ਲੈ ਸਕਦੇ ਹੋ ਐਂਡ ਇਫ ਯੂ ਰੀਅਲੀ ਵਾਂਟ ਟੂ ਬਿਕਮ ਐਨ ਆਫੀਸਰ ਤਾਂ ਤੁਸੀਂ ਜਿਹੜੇ ਸਟੈਪਸ ਕੈਪਟਨ ਰਾਣਾ ਨੇ ਇੱਥੇ ਦੱਸੇ ਸੀਗੇ ਤੁਸੀਂ ਉਹ ਪੇਪਰ ਦੇ ਕੇ ਐਗਜ਼ਾਮਸ ਪਾਸ ਕਰਕੇ ਤੁਸੀਂ ਵੀ ਬਣ ਸਕਦੇ ਹੋ ਕੈਪਟਨ ਕੈਪਟਨ ਸਿਰਫ ਸ਼ਿਪ ਦੇ ਨਹੀਂ ਬਕਾਇਦਾ ਕੈਪਟਨ ਜਿਹੜਾ ਹੈ ਪੁਲਿਸ ਡਿਪਾਰਟਮੈਂਟ ਦੇ ਤੁਸੀਂ ਬਣ ਸਕਦੇ ਹੋ ਕੈਪਟਨ ਰਾਣਾ ਕਿੰਨੀ ਤੁਹਾਡੀ ਜਰਨੀ ਜਿਹੜੀ ਹੈ ਕਿਸ ਤਰੀਕੇ ਨਾਲ ਰਹੀ ਕਿਉਂਕਿ ਕਈਆਂ ਨੂੰ ਲੱਗਦਾ ਹੋਵੇਗਾ ਕਿ ਬਹੁਤ ਸਾਰੀ ਪੜ੍ਹਾਈ ਹੈ ਪੜ੍ਹਨਾ ਪੈਂਦਾ ਹੈ ਐਂਡ ਕਈ ਲੋਕ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਲਈ ਕੀ ਤੁਹਾਡੀ ਸੁਜੈਸ਼ਨ ਹੈ ਨਹੀਂ ਬਲਕਿ ਜਿਸ ਤਰ੍ਹਾਂ ਗੁਰਵਿੰਦਰ ਨੇ ਉਹਨੇ ਦੱਸਿਆ ਕਿ ਤੁਹਾਨੂੰ ਐਸੋਸੀਏਟ ਡਿਗਰੀ ਚਾਹੀਦੀ ਹੈ ਮੈਂ ਇੱਕ ਚੀਜ਼ ਉਹ ਵੀ ਹਾਈਲਾਈਟ ਕਰਾਂਗਾ ਕਿ ਤੁਸੀਂ ਆਪਣੇ ਆਪ ਨੂੰ ਡਾਈਵਰਸਿਫਾਈ ਵੀ ਕਰ ਸਕਦੇ ਹੋ ਇਸ ਵਾਸਤੇ ਕੋਈ ਪਤਾ ਨਹੀਂ ਹੁੰਦਾ ਤੁਹਾਡਾ ਮੂਡ ਚੇਂਜ ਹੋ ਜਾਏ ਕਿਆ ਬਾਤ ਹੈ ਤੇ ਅਗਰ ਤੁਸੀਂ ਲਾਉਣ ਫੋਰਸਮੈਨਰੀ ਜਾਣਾ ਹੈ ਤੁਸੀਂ ਫੇਰ ਵੀ ਤੁਸੀਂ ਆਪਣੀ ਮੈਡੀਕਲ ਕਲਾਸਾਂ ਲੈ ਕੇ ਉਹ ਕਾਲਜ ਕਰੈਡਿਟ ਉਸ ਫੀਲਡ ਲੈ ਸਕਦੇ ਹੋ ਇੰਜੀਨੀਅਰਿੰਗ ਦੇ ਲੈ ਸਕਦੇ ਹੋ ਫੇਰ ਵੀ ਤੁਸੀਂ ਪੁਲਿਸ ਵਾਲੇ ਬਣ ਸਕਦੇ ਹੋ ਤਾਂ ਤੁਸੀਂ ਇੱਕ ਤੇ ਦੋ ਤੁਹਾਡਾ ਡਿਵਰਸਿਫਾਈ ਹੋ ਜਾਏਗਾ ਦੋ ਕਰੀਅਰ ਵੀ ਹੋ ਸਕਦੇ ਨੇ ਅਗਰ ਤੁਸੀਂ ਕਰਨੇ ਨੇ ਤੇ ਨਾਲੇ ਅਗਰ ਨਹੀਂ ਪਸੰਦਾ ਆ ਤੇ ਕੁਝ ਹੋਰ ਵੀ ਕਰ ਸਕਦੇ ਹੋ ਤਾਂ ਤੁਹਾਡੇ ਤੁਸੀਂ ਫਿਰ ਦੁਬਾਰਾ ਸਟਾਰਟ ਨਹੀਂ ਕਰਨਾ ਪੈਣਾ ਇੱਕ ਤੇ ਉਹ ਇੰਪੋਰਟੈਂਟ ਚੀਜ਼ ਹੈ ਦੂਜੀ ਗੱਲ ਪੜ੍ਹਾਈ ਜਿਹੜੀ ਹੈ ਪੜ੍ਹਾਈ ਆਈ ਹੈ ਨਾ ਜਿਹੜਾ ਜਿੰਨਾ ਤੁਸੀਂ ਕਿਸੇ ਚੀਜ਼ ਵਿੱਚ ਪਾਓਗੇ ਉਹਨਾਂ ਜਿਹਾ ਤੁਹਾਨੂੰ ਵਾਪਸ ਮਿਲੇਗਾ கரੈਕਟ ਤੇ ਜਿੰਨਾ ਤੁਸੀਂ ਸਟੱਡੀ ਕਰੋਗੇ ਜਿੰਨਾ ਤੁਸੀਂ ਆਪਣਾ ਲਾਅ ਨੂੰ ਜਾਣੋਗੇ ਉਸੇ ਤਰ੍ਹਾਂ ਤੁਸੀਂ ਆਪਣੀ ਜੌਬ ਵੀ ਕਰ ਸਕੋਗੇ ਉਸੇ ਤਰ੍ਹਾਂ ਆਪਣੀ ਪ੍ਰੋਮੋਸ਼ਨ ਦੇ ਵੀ इजीली ਜਾ ਸਕੋਗੇ ਆਈ ਰੀਅਲੀ ਵਾਂਟ ਟੂ ਥੈਕ ਕੈਪਟਨ ਰਾਣਾ ਐਂਡ ਆਈ ਰੀਅਲੀ ਵਾਂਟ ਟੂ ਗਿਵ ਅ ਬਿਗ ਸ਼ਾਟ ਆਊਟ ਟੂ ਹਿਸ ਸਰ ਵਾਟਸ ਇਰ ਯਰ ਸਰ ਨੇਮ other his birthday today and he's here you know uh, for the recruitment process so i think this is giving back to the community he can be at home he can celebrate you know his uh, son's birthday and he can be with the family but he thinks that family as you right now you are watching and you can also become a part of new york police department sarjan gurinder kujad karna chahoge ha ji apne jidha te dekheya si sandeep singh thariwal jo ke sade vi mentor reh chuke hain jinna ne sanu motivate kita si ki apa baniye ki na sardar da dastaar sajake sajaiye so ohna ne ultimate sacrifice kiti si is country layi so you know we are very proud of him te unna di apan nu karke unna di image samne le aake apan nu agge badhna chahida ke jo unanne kita apni community le os ohi asi kariye correct so i uh, also have callers with me sachkal ji tusi on air ho kon border kithon bol rahe ho hello sachrika ji sachrika ji ki kehna chahoge main kehni main kehde tande banna chahida te add beta karde ke kehnde ho je le nahi rahe ate vich police vich palai nahi kar sakde ke ਐਪਲੀਕੇਸ਼ਨਸ ਲੈ ਸਕਦੇ ਆ ਜੀ ਐਪਲੀਕੇਸ਼ਨਸ ਕਿੰਨੀ ਤਰੀਕ ਤੱਕ ਮਈ 4 ਮਈ 4 ਤੱਕ ਤੁਸੀਂ ਐਪਲੀਕੇਸ਼ਨ ਜਿਹੜੀਆਂ ਆ ਉਹ ਭਰ ਸਕਦੇ ਹੋ ਤੁਸੀਂ ਟੀਵੀ ਤੇ ਦੇਖੋ ਜਿਹੜਾ ਇਸ ਟਾਈਮ ਅਸੀਂ ਫਲਾਇਰ ਵਿਖਾ ਰਹੇ ਆ ਮਈ 4 ਤੱਕ ਤੁਸੀਂ ਆਪਣੀ ਐਪਲੀਕੇਸ਼ਨਸ ਭਰ ਸਕਦੇ ਹੋ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਔਰ ਜਿਹੜੀ ਵੈਬਸਾਈਟ ਹੈਗੀ ਹੈ ਨਿਊਯਾਰਕ NYPDrecruitment.com ਦੇ ਉੱਤੇ ਤੁਸੀਂ ਜਾ ਕੇ ਲੌਗਇਨ ਵੀ ਕਰ ਸਕਦੇ ਹੋ ਔਰ ਤੁਸੀਂ ਕਾਲ ਕਰ ਸਕਦੇ ਹੋ 212 ਰਿਕਰੂਟ ਜਿਹੜਾ ਇਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਤੁਸੀਂ ਬਿਨਕਾਦਾ ਵੇਖੋ ਉੱਥੇ ਵੀ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ सिख ਆਫਿਸਰਸ @gmail.com ਦੇ ਉੱਤੇ ਵੀ ਸਰਜੰਟ ਗੁਰਿੰਦਰ ਸਿੰਘ ਹੋਰ ਨਾਲ ਰابطਾ ਕਰ ਸਕਦੇ ਹੋ ਕੈਪਟਨ ਰਾਣਾ ਹੋਰ ਨਾਲ ਰابطਾ ਕਰ ਸਕਦੇ ਹੋ ਉਹ ਵੀ ਤੁਹਾਨੂੰ ਜਾਣਕਾਰੀ ਦੇਣਗੇ ਪਹਿਨ ਜੀ ਕੋਈ ਹੋਰ ਤੁਹਾਡਾ ਸਵਾਲ ਓਕੇ ਨਹੀਂ ਦੱਸ ਰਹੇ ਮੈਂ ਤਾਂ ਇਹ ਡੇਟਾ ਪਰ ਦੇ ਦਿੱਤਾ ਕੰਦੇ ਨਹੀਂ ਦੇ ਸਕਦੇ ਜਿਹੜਾ ਤੁਸੀਂ ਦੇ ਸਕਦੇ ਤੁਸੀਂ ਦੇ ਸਕਦੇ ਹੋ ਮੈਂ 4 ਤੱਕ <्थीज़> बेटे नु कहो की जरूर बेटे नु कहो की जरूर मैं एक ਤੁਹਾਨੂੰ ਐਜ਼ ਅ ਮਦਰ ਵੀ ਸਵਾਲ ਪੁੱਛਣਾ ਚਾਹੁੰਦਾ ਤੁਸੀਂ ਕਈ ਸਾਰੀ ਮਦਰਸ ਕਹ ਬਰਾਉਂਦੀਆਂ ਹਨ ਕਿ ਸਾਡਾ ਬੇਟਾ ਐਨਵਾਈਪੀਡ ਇਸ ਆਮ ਰੀਲੀ ਪ੍ਰਾਊਡ ਆਫ ਯੂ ਆਮ ਰੀਲੀ ਪ੍ਰਾਊਡ ਆਫ ਯੂ ਕਿ ਤੁਸੀਂ ਸਾਡੀ ਉਹ ਬੇਬਾਕ ਜਿਹੜੀ ਉਹ ਮਦਰ ਹੋ ਜਿਹੜੇ ਆਪਣੇ ਨਿਆਣੇ ਨੂੰ ਆਪਣੇ ਪੁੱਤ ਨੂੰ ਕਹਿ ਰਹੀ ਹੈ ਕਿ ਪੁੱਤ ਜਾ ਔਰ ਸੇਵਾ ਕਰਨੀ ਹੋਏ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਆਰ ਰੀਲੀ ਥੈਂਕਫੁਲ ਟੂ ਹੈਵ ਮਦਰਸ ਲਾਈਕ ਯੂ ওকে ਥੈਂਕ ਯੂ ਮਿਹਰबानी ਤੁਹਾਡੀ ਕਈ ਕਵਾਰ ਮੈਂ ਵੇਖਿਆ ਕਿ ਯੂ ਨਾ ਸਾਡੀ ਮਦਰਸ ਜਿਹੜੀਆਂ ਘਬਰਾ ਜਾਂਦੀਆਂ ਹਨ ਪੁੱਤ ਜਾਣਾ ਚਾਹੁੰਦਾ ਹੈ ਸਾਡਾ ਬੇਟਾ ਜਾਣਾ ਚਾਹੁੰਦਾ ਹੈ ਜਾਂ ਧੀ ਸਾਡੀ ਜਾਣਾ ਚਾਹੁੰਦੀ ਹੈ ਪਰ ਫੈਮਿਲੀ ਜਿਹੜੀ ਹੈ ਫੈਮਿਲੀ ਪ੍ਰੈਸ਼ਰ ਕਰਕੇ ਦੇ ਆਲਵੇਸ ਸਟਾਪ ਬਟ ਆ ਰੀਅਲੀ ਵਾਂਟ ਟੂ ਥੈਂਕ ਯੂ ਭੈਜੀ ਜੀ ਕਿ ਤੁਸੀਂ ਆਪਣੇ ਸਨ ਨੂੰ ਇਨਸਪਾਇਰ ਕਰ ਰਹੇ ਹੋ ਮੋਟੀਵੇਟ ਕਰ ਰਹੇ ਹੋ ਟੂ ਜੁਆਇਨ ਨਿਊਯਾਰਕ ਪੁਲਿਸ ਡਿਪਾਰਟਮੈਂਟ ਮੈਂ ਜਾਂਦੇ ਜਾਂਦੇ ਕੈਪਟਨ ਰਾਣਾ ਔਰ ਸਰਜਨ ਗੁਰਿੰਦਰ ਸਿੰਘ ਤੋਂ ਪੁੱਛਣਾ ਚਾਹਾਂਗਾ ਕਿ ਜਾਂਦੇ ਜਾਂਦੇ ਤੁਸੀਂ ਕੀ ਸੁਨੇਹਾ ਕੈਪਟਨ ਰਾਣਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿ ਮੈਂ ਹੀ ਕਹਾਂਗਾ ਜਿਸ ਤਰ੍ਹਾਂ ਹੋਨੇ ਮੇਨ ਫੋਕਸ ਸਾਡਾ ਹੀ ਹੈ ਹਾਲਾਂਕਿ ਉਹਨੂੰ ਵੀ ਪਤਾ ਹੈ ਕਿ ਕੰਮ ਹੋ ਰਿਹਾ ਹੈ ਉਹਨੂੰ ਪਤਾ ਬਰਥਡੇ ਹੋ ਰਹੀ ਹੈ ਮੈਂ ਉਹਨੇ ਪੀਜ਼ਾ ਆਰਡਰ ਕੀਤਾ ਆਨਲਾਈਨ ਤਾਂ ਕਿ ਉਹ ਘਰ ਪੀਜ਼ਾ ਲੱਭ ਜਾਏ ਲੇਕਿਨ ਮੇਨ ਚੀਜ਼ ਹੈ ਕਿ ਆਪਣੀ ਕਮਿਊਨਿਟੀ ਵਾਸਤੇ ਤੁਸੀਂ ਟਾਈਮ ਕੱਢੋ ਆਪਣੀ ਕਮਿਊਨਿਟੀ ਨੂੰ ਸਰਵ ਕਰੋ ਆਪਣੀ ਕਮਿਊਨਿਟੀ ਨੂੰ ਗਾਈਡ ਕਰੋ ਤਾਂ ਕਿ ਆਪਣੀ ਤੁਹਾਡੀ ਕਮਿਊਨਿਟੀ ਜਿਹੜੇ ਸਟਰਗਲ ਹੋਣੇ ਤੁਹਾਡੇ ਪਿੱਛੇ ਲੋਕਾਂ ਨੇ ਕੀਤੇ ਨੇ ਜਾਂ ਤੁਸੀਂ ਕਰ ਰਹੇ ਹੋ ਤੁਹਾਡੀ ਆਪਣੀ ਨੈਕਸਟ ਕਮਿਊਨਿਟੀ ਜਿਹੜੇ ਨੈਕਸਟ ਜਨਰੇਸ਼ਨ ਜਿਹੜੀ ਹੈ ਉਹ ਨਾ ਕਰਨ ਇਸ ਤੇ ਉਹ ਵੀ ਹੈ ਲਾਅ ਐਨਫੋਰਸਮੈਂਟ ਜਾਓ ਇਲੈਕਟਿਡ ਅਫੀਸ਼ੀਅਲ ਪੋਲਿਟਿਸ਼ੀਅਨ ਵਿੱਚ ਜਾਓ ਰਾਈਟ ਹਰ ਇੱਕ ਚੀਜ਼ ਵਿੱਚ ਆਪਣੇ ਆਪ ਨੂੰ ਡਾਈਵਰਸਿਫਾਈ ਕਰਕੇ ਆਪਣੀ ਕਮਿਊਨਿਟੀ ਨੂੰ ਸਭ ਤੋਂ ਜ਼ਿਆਦਾ ਸਰਵ ਕਰੋ ਤੇ ਨਾਲੇ ਰਿਪਰੈਜ਼ੈਂਟ ਕਰੋ ਤੇ ਪ੍ਰਾਊਡਲੀ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਰਿਪਰੈਜ਼ੈਂਟ ਠੀਕ ਹੈ ਵੈਸੇ ਮੈਂ ਅਫੀਸ਼ੀਅਲ ਤੌਰ ਦੇ ਉੱਤੇ ਕਿਉਂਕਿ ਇਸ ਟਾਈਮ ਮੈਂ ਡਿਊਟੀ ਤੇ ਨੇ ਮੈਂ ਬਿਰਿਆਨੀ ਲਈ ਨਹੀਂ ਪੁੱਛ ਸਕਦਾ ਲੇਕਿਨ ਹੁਣ ਇੱਕ ਸਮਾਂ ਜਿਹੜਾ ਹੋ ਗਿਆ ਬਿਰਿਆਨੀ ਦਾ ਹੋ ਚੁੱਕਿਆ ਡਿਨਰ ਦਾ ਸਮਾਂ ਹੋ ਚੁੱਕਿਆ ਤੁਸੀਂ ਵੀ ਡਿਨਰ ਕਰੋ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕੁਝ ਲੈਣ ਦੀ ਪਰ ਜਾਂਦੇ ਜਾਂਦੇ ਮੈਂ ਆ ਸਰਜਨ ਗੁਰਿੰਦਰ ਤੋਂ ਸੁਨੇਹਾ ਜਿਹੜਾ ਦਰਸ਼ਕਾਂ ਲਈ ਲੈਣਾ ਚਾਹੂੰਗਾ ਹਾਂਜੀ ਚਲੋ ਆਪਾਂ ਕਹਿੰਨੇ ਆ ਕਿ ਆਪਾਂ ਲਾਫ ਲਾਅ ਇਨਫੋਰਸਮੈਂਟ ਚਾਹੀਏ ਪਰ ਆਪਣੀ ਕਮਿਊਨਿਟੀ ਨੂੰ ਇਹ ਵੀ ਦੇਖਣਾ ਚਾਹੁੰਦਾ ਪਰ ਗਲਤ ਬਾਸੇ ਵੀ ਨਾ ਜਾਈਏ ਕਿਉਂਕਿ ਆਪਾਂ ਕੀਵਲੇ ਨਿਊਜ਼ ਵੱਚ ਦੇਖਦੇ ਆ ਰੀਸੈਂਟਲੀ ਆਪਣੇ ਐਕਸੀਡੈਂਟ ਹੋਇਆ ਉਤੇ ਅਲਰਟ ਗਿਆ ਨਹੀਂ ਉਤੇ 111 ਤੇ ਆਪਣੇ ਸਿੱਖਮੁੰਡਾਈ ਜੇ ਤੋਂ ਐਕਸੀਡੈਂਟ ਹੋਇਆ ਤੇ ਉਹਦਾ ਫਰੈਂਡ ਮਰ ਗਿਆ ਲੇਕਿਨ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਆਪਾਂ ਗਲਤ ਪਾਸੇ ਨਾ ਜਾਈਏ ਚਾਹੇ ਸਿੱਧੇ ਪਾਸੇ ਤੇ ਜਾਣਾ ਜਾਣਾ ਹੈ ਪਰ ਗਲਤ ਪਾਸੇ ਕਿਉਂਕਿ ਉਹ ਆਪਣੀ ਕਮਿਊਨਿਟੀ ਦਾ ਵੀ ਨਾਂ ਖਰਾਬ ਹੁੰਦਾ ਤੇ ਤੁਹਾਡਾ ਆਪਣਾ ਵੀ ਨਾਂ ਖਰਾਬ ਹੁੰਦਾ ਤੇ ਜੋ ਇੱਕ ਵਾਰ ਪੁਲਿਸ ਰੈਕਡ ਵਿੱਚ ਚਲ ਜਾਂਦਾ ਉਹ ਔਖਾ ਨਿਕਲਦਾ ਹੈ ਸੋ ਇਹ ਹੀ ਬੇਨਤੀ ਹੈ ਕਿ ਆਪਣੇ ਯੂਥ ਨੂੰ ਸਿੱਧੇ ਪਾਸੇ ਚਲੋ ਪਮਾ ਤੁਸੀਂ ਲੌਨ ਫੋਰਸਮਨ ਇੱਕ ਜੋ ਵੀ ਕਰਨਾ ਹੈ ਲੇਕਿਨ ਗਲਤ ਬਾਸੇ ਨਾ ਜਾਓ ਪੁਲਿਸ ਰੈਕਡ ਦੇ ਵਿੱਚ ਨਾ ਜਾਓ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਾਓ ਪੁਲਿਸ ਰੈਕਡ ਦੇ ਵਿੱਚ ਨਿਕਲਣਾ ਔਖਾ ਹੋ ਜਾਂਦਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਾਣਾ ਪੇਪਰ ਦੇ ਕੇ ਸੌਖਾ ਹੋ ਜਾਂਦਾ ਸੋ ਜੁਆਇਨ ਨਿਊਯਾਰਕ ਪੁਲਿਸ ਡਿਪਾਰਟਮੈਂਟ ਰਾਈਟ ਨਾਓ ਲੌਗ ਇਨ ਔਨ NYPDrecruitment.com or if you need more assistance you can also log in on sick officers association or you can email them at sickofficers@gmail.com with sergeant gurinder singh and captain rana for just punjabi junioro was apne aap up khush rakho apne khush rakho happy wing weekend or ha apni wife nu jaroor khush rakho Thank sat sri aka